शिमारू के नए वीडियोस के लिए सब्सक्राइब कीजिए और बेल आइकन को दबाना न भूलें। मैं किन्नी जद्दोजहद करी है, तेनु प्यार पूर्ण नहीं होया। कमाल है, इहदे च थप्पड़ मारन वाली तां कोई गल नहीं सी। ल्याणे यार साडे पैसे दे। कड़े पैसे, गल तां बनी नहीं। नाल तां यार सानू जुत्तियां ना छांगता। ओ मेरे भी तां मार गई साली थप्पड़। ओए पैसे दे दिन तां पैग ही लवा दे। यार पैग दा हक तां फिर बनदा सी जे ओ फस जांदी। ओ चलो यार, कित्थों पाल दा झुट जाके लस्सियां। यार कमाल करदा यार जिंदरा, हैं अग्गे मैं भज्जा थोतों। ओ ऐ तां नजारा दिल दा माड़ा नहीं। नाले तुहानू किसे गल दा पता लग्गिया की भाई? कल्लू सारे भारत च करफू लग रिहा, आ करोना ने चारे पासे तबाही मचा रखी आ। करफू, सियाणे कहिंदे ने चढ़ बगाने घर। चल ओए नजारिया, हो जा फिर लॉकडाउन। मैं तां बस कहता, जट वर्गा बंदा पूरी दुनिया तेरी। आपा नानकी चलांगे तेरे, उत्थे जाके खीर पूड़े खावांगे, नजारे लवांगे। की लवांगे? हाँ बिल्कुल। आए हाय कड़ जा कड़ जा। हाय हाय जी, इन्नी की छेती खुरक लड़न लग पी तुहाडे सहुरे जाण दी। ओए तैनू नहीं पता जसविंदर कुरे किन्नी भैड़ी बीमारी फैली है। है कहंदे बंदे नू हाथ ला के बंदा बंदा मर जांदा है। नाले गल सुन लै मेरी ध्यान नाल, मेरा मेरे साड़ा नाल मोह है भाई। मैं तां उहनां नू मिलना चाहुंदा नाले अपने सस सहुरे नू। बू मैं मच गई फेर तां जी, छेती चल। हां आ बैग कानू बन्नया। लै एक दो दिन तां लग सकदे ने जसविंदर कुरे। तू मेरी गल सुन ला। हाँ? तू उत्थे जाके ना होर ही लक्षण जे करन लग जांदा है। खबरदार जे मेरे पेक्यां ते रोब मारिया तां बंदे वांगू रही। बंदे वांगू रहूंगा? उई नी बुढ़िया नू किद्दां सिखाईंदा हुंदा, समझ गई? हां चल फोन तां कर लेना सी पहला उहनां नू। ओ फोन दी की लोड़ है, आ रस्ते च तां लिदड़ां ने नहर नहर पावांगे। हैं अद्धे घंटे च आपां पहुंच जांगे। लै हुण जाऊ जट दी बक्की हवा च गंडा दिंदी। ਇੱਕ ਮੇਰਾ ਸੜਾ ਨਹੀਂ ਸਟਾਰਟ ਹੁੰਦਾ। ਮੈਂ ਤਾਂ ਕਹਿੰਨੀ ਆ ਨਾ ਇਹਨੂੰ ਉੱਥੇ ਜਾਂਦੇ ਹੀ ਅੱਗ ਲਾ ਦੀ ਤੀਲੀ ਲਾ ਕੇ। ਜਸਵਿੰਦਰ ਕੁਰੇ ਜੇ ਮੂੰਹ ਚੱਜਦਾ ਨਹੀਂ ਗੱਲ ਚੱਜਦੀ ਕਰ ਲਿਆ ਕਰ, ਸਮਝ ਗਈ? ਸੌਰੀ ਜਾ ਰਿਹਾ ਮੈਂ, ਕਿਤੇ ਮਮੂਲੀ ਥਾਂ ਤੇ ਨਹੀਂ ਜਾ ਰਿਹਾ। ਕਰ ਲਾ ਹੁਣ ਇਹਨੂੰ ਸਟਾਰਟ। ਅੱਗੇ ਕਰ ਮੜਾ ਜਾ, ਧੱਕਾ ਲਾ। ਅੱਗ ਲੱਗਣਾ ਪਹਿਲਾਂ ਧੱਕਾ ਲਵਾਉਂਦਾ ਇਹਨੂੰ। ਕਰ ਜਾ ਧੱਕਾ ਲਾ। ਲੈ ਤੱਕ ਲਾ ਦੇ। ਹੋ ਗਿਆ ਹੋ ਗਿਆ ਸਟਾਰਟ ਹੋ ਗਿਆ ਸਟਾਰਟ ਹੋ ਗਿਆ। ਬਹਿ ਜਾ ਬਹਿ ਜਾ ਬਹਿ ਜਾ। ਹੁਣ ਦੇਖੀ ਚੜਦੀ ਬੱਕੀ ਜਾਊ ਹਵਾ ਨੂੰ ਚੀਰਦੀ। ਕਿਵੇਂ ਜਾਊ ਪੁੱਤ ਹਵਾ ਨੂੰ ਚੀਰਦੀ? ਚੱਲ ਮੇਰਾ ਪੁੱਤ ਹਵਾ ਨੂੰ ਚੀਰਦੀ। ਆ ਹਾਏ 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 ਹਾਏ।
ਚੱਲ ਜੱਸੀ ਪੁੱਤ, ਇਹਨਾਂ ਨੂੰ ਆਪਦੀਆਂ ਗੱਲਾਂ ਬਾਤਾਂ ਕਰਨ ਦੇ, ਆਪਾਂ ਮਾਵਾਂ ਧੀਆਂ ਆਪਦਾ ਦੁੱਖ ਸੁੱਖ ਕਰਦੀਆਂ। ਆ ਤਾਂ ਬਹੁਤ ਚੰਗਾ ਕੀਤਾ ਜਿਹੜਾ ਤੁਸੀਂ ਮਿਲ ਗਏ ਭਾਈ। ਬਾਪੂ ਜੀ, ਜਿਉਂਦਿਆਂ ਦੇ ਮੇਲੇ ਨੇ, ਇੱਥੋਂ ਲੈ ਕੇ ਕੀ ਜਾਣਾ ਪਹਿਲਾਂ। ਨਾਲੇ ਨੋਨੂ ਬਾਹਲੀ ਜਿੱਦ ਕਰਨ ਲੱਗ ਪਿਆ, ਕਹਿੰਦਾ ਨਾਨਕੀ ਜਾਣਾ, ਨਾਨਕੀ ਜਾਣਾ, ਨਾਨੇ ਕੋਲੇ ਜਾਣਾ, ਮਾਮਿਆਂ ਕੋਲੇ ਜਾਣਾ। ਜਿੱਦੀ ਬਾਲਾ, ਫਿਰ ਛਿੱਕੜ ਹਾਰ ਕੇ ਮੈਨੂੰ ਆਉਣਾ ਪਿਆ। ਮੇਰਾ ਤਾਂ ਬਾਲਾ ਤੇ ਉਹ ਕਰਦਾ, ਜਮਾਂ ਨਾਨਕਿਆਂ ਤੇ ਗਿਆ। ਬਾਲਾ ਸਾਉ ਪੁੱਤ ਹੈ ਮੇਰਾ ਇਹ। ਨਾ ਦਾਦਕੇ ਕਿਹੜਾ ਬਦਮਾਸ਼ੀ ਕਰਦੇ ਨੇ ਬਾਪੂ। ਉਹ ਨਹੀਂ, ਖਾਜਰਾ ਤਾਂ ਜਮਾਂ ਨਜ਼ਾਰਿਆ ਤੇਰੇ ਅਰਗਾ। ਨਾਲੇ ਪੁੱਤ, ਨਵੀਂ ਬਿਮਾਰੀ ਚੱਲੀ ਹੋਈ ਹੈ। ਹੋਰ ਬਾਪੂ ਜੀ, ਉਹ ਦੁਨੀਆਂ ਤੇ ਭਾਰ ਵੱਧ ਗਿਆ ਹੈ। ਜਿਹੋ ਜਿਹੇ ਬੰਦੇ ਹੋ ਗਏ, ਉਹ ਜਿਹੀਆਂ ਬਿਮਾਰੀਆਂ ਹੋ ਗਈਆਂ। ਕਹਿੰਦੇ ਹੱਥ ਲਾਉਣ ਨਾਲ ਬੰਦਾ ਮਰ ਜਾਂਦਾ। ਆਹ ਸਾਡੇ ਪਿੰਡ ਦੀ ਗੱਲ ਹੈ, ਕੱਲ ਮੇਰੀਆਂ ਅੱਖਾਂ ਦੇ ਸਾਹਮਣੇ ਤੁਹਾਡੀ ਉਮਰ ਦਾ ਤੀ ਦੇਖਦੇ ਦੇਖਦੇ ਮਿੰਟ 'ਚ ਫੁੱਟ ਗਿਆ। ਉਹ ਭਾਈ, ਪ੍ਰਾਹੁਣੇ ਨੂੰ ਵੀ ਬਿਸਕੁਟ ਧਰ ਦੇਣੇ ਸੀ ਮਣੀ। ਬਸ ਲੈ ਕੇ ਆਉਂਦਾ ਬਾਪੂ ਜੀ ਬਿੱਲਾ। ਉਹ ਬਾਪੂ, ਬਿਸਕੁਟਾਂ ਦੀ ਕੀ ਲੋੜ ਤੀ? ਉਹ ਮੈਂ ਭਲਾ ਕਿਹੜਾ ਕੋਈ ਨਵਾਂ ਨਵੇਲਾ ਆਇਆ ਘਰ 'ਚ। ਚੱਲ ਕੋਈ ਨੀ ਪ੍ਰਾਹੁਣਿਆ, ਤੁਸੀਂ ਚਾਹ ਪੀਓ ਤੇ ਮੈਂ ਖੇਤ ਗੇੜਾ ਮਾਰਿਆ ਵਾਂ। ਚੱਲ ਕੋਈ ਨਾ ਪੁੱਤ, ਪ੍ਰਾਹੁਣਾ ਨਵਾਂ ਹੋਵੇ ਭਾਵੇਂ ਪੁਰਾਣਾ, ਪ੍ਰਾਹੁਣਾ ਤਾਂ ਪ੍ਰਾਹੁਣਾ ਹੀ ਹੁੰਦਾ ਹੈਗਾ। ਲੈ ਪ੍ਰਾਹੁਣਿਆ ਬਿਸਕੁਟ, ਤੇਰਾ ਕੀ ਪਤਾ ਸਾਰਾ ਘਰ ਸਿਰ ਤੇ ਚੱਕ ਲਈ। ਤੂੰ ਤਾਂ ਚਹੇਡਾਂ ਕਰਦਾ ਬਿੱਲਿਆ, ਚਹੇਡਾਂ। ਪ੍ਰਾਹੁਣਿਆ ਮੁਰਗਾ ਖਾਵੇਂਗਾ। ਉਹ ਸਾਲਿਆ ਨੇਕੀ ਔਰ ਪੂਛ ਪੂਛ ਲਿਆ, ਕਾਲੇ ਰੰਗ ਦਾ ਹੋਵੇ। ਮੈਂ ਕਰਦਾ ਮੁਰਗੇ ਦਾ ਪ੍ਰਬੰਧ ਫਿਰ। ਹਾਂ 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 ਹਾਂ, ਜਾ ਜਾ ਤੂੰ ਜਾ। ਮੈਂ ਤਾਂ ਬਸ ਕਹਿਤਾ, ਜੱਟ ਵਰਗਾ ਬੰਦਾ ਪੂਰੀ ਦੁਨੀਆਂ ਤੇ ਨਹੀਂ। ਦੇਖੀ ਨੀ, ਆਰਾਮ ਨਾਲ ਆਈ। ਆ ਜਾ ਆ ਜਾ ਆ ਜਾ। ਹਾਏ ਮੈਂ ਮਰ ਗਈ ਨੀ। ਹਾਏ ਢਿੱਡ ਹੌਲਾ ਹੋ ਗਿਆ। ਨੀ ਸਹੀ ਗੱਲ ਹੈ ਨੀ, ਨੀ ਮਲਕੀਤੋ, ਨੀ ਤੈਨੂੰ ਕਿਸੇ ਗੱਲ ਦਾ ਪਤਾ ਲੱਗਿਆ? ਨੀ ਕਿਹੜੀ ਦਾ? ਨੀ ਮੱਘਮ ਰੋੜੇ ਵਾਲਿਆਂ ਦਾ ਪ੍ਰਾਹੁਣਾ ਫੇਰ ਆ ਗਿਆ। ਹਾਂ, ਨੀ ਉਹ ਜ਼ਹਿਰ ਹੋਇਆਂ ਦਾ? ਨੀ ਪਹਿਲਾਂ ਵੀ ਕਿੰਨੀ ਜੂਤ ਪਤਾਣ ਹੋਈ ਤੀ ਨੀ ਉਹਦੇ ਨਾਲ। ਬੇਸ਼ਰਮ ਬੰਦਾ। ਨੀ ਵੇਖ ਲੈ, 25-30 ਕਿੱਲੇ ਵਾਹਣ ਹੈ, ਪਰ ਜਿੰਨਾ ਦੀ ਮੀਤ ਮਾੜੀ ਹੋਵੇ ਉਹ ਕਿੱਥੇ ਰਜਦੇ ਨੇ। ਸਹੀ ਹੈ, ਆ ਜਾ ਨੀ। ਤੈਨੂੰ ਇੱਕ ਹੋਰ ਗੱਲ ਦੱਸਾਂ। ਕਿਹੜੀ? ਲੈ, ਉਹ ਗੁਰਦੁਆਰੇ ਦਾ ਗ੍ਰੰਥੀ ਨੀ? ਆਹੋ। ਹਾਂ ਨੀ, ਗੋਲਕ ਚੋਂ ਪੈਸੇ ਚੋਰੀ ਕਰਦਾ ਫੜਿਆ ਗਿਆ, ਮਰ ਜਾਣਾ। ਅੱਛਾ। ਹੋਰ? ਨਾਲੇ ਬਾਹਮਣਾਂ ਦੇ ਭੀਰੇ ਨੇ ਕੁੱਟਿਆ, ਸਰਪੰਚ ਨੇ ਕੁੱਟਿਆ, ਫੇਰ ਲੈ ਗਏ ਹੁਣ ਥਾਣੇ। ਥਾਣੇ ਚ ਮਰ ਜਾਣੇ ਦਾ ਉਹ ਕੁੱਟਾਪਾ ਚਾੜਿਆ, ਹੈ ਚਮੜੀ ਦੂਰੀ ਕਰਤੀ ਮਰ ਜਾਣੇ ਦੀ ਮਾਰ ਮਾਰ ਕੇ। ਬੂ ਮੈਂ ਮੱਚ ਗਈ ਬੇ, ਖਸਮਾਂ ਖਾਣਿਆ ਗੁਰਦੁਆਰੇ ਨੂੰ ਤਾਂ ਬਖਸ਼ ਦੋ। ਲੈ ਹੋਰ ਨਾ ਗੱਲ ਸੁਣ, ਤੈਨੂੰ ਪਤਾ ਵੀ ਹੈ ਇਹ ਲੜਾਈਆਂ ਹੁੰਦੀਆਂ ਕਿਉਂ ਨੇ? ਕਿਉਂ? ਪੈਸਾ, ਪ੍ਰਧਾਨਗੀ, ਲਾਹੌਰ ਕੀ? ਲਾਹੌਰ ਕਾਹਦੇ ਪਿੱਛੇ ਲੜਾਈਆਂ ਹੁੰਦੀਆਂ ਨੇ? ਉਈ ਥੋੜਾ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਨੇ, ਮਰ ਜਾਣੇ। ਲੈ ਦੇਖ ਲੈ, ਨੀ ਕਿੱਥੇ ਲੇਖਾ ਦੇਣਗੇ, ਐਡੇ ਐਡੇ ਸੁੰਡ ਚੱਲਣਗੇ। ਦੇਖ ਲਈ ਤੂੰ, ਨੀ ਆ ਪਤਾਸੇ ਕਿਆ ਨੇ, ਗੁਰਦੁਆਰੇ ਦੀ ਜ਼ਮੀਨ ਨੱਪੀ ਸੀ, ਕੀ ਆ ਹੋਰ ਉਹਨਾਂ ਕੋਲ ਹੁਣ? ਹੈਂ, ਦੋ ਗੱਭਰੂ ਪੱਤ ਮਰ ਗਏ। ਦੇਖ ਲੈ, ਘਰ ਸੁੰਨਾ ਹੋ ਗਿਆ। ਆਹੋ, ਸਾਰਾ ਕੁਛ ਇੱਥੇ ਰਹਿ ਜਾਂਦਾ। ਹੋਰ ਕੀ, ਉਹ ਕਹਿੰਦੇ ਨੀ ਹੈਗੇ ਇਸ ਹੱਥ ਕਰ ਲੈ ਤੇ ਇਸ ਹੱਥ ਭਰ ਲੈ? ਆਹੋ। ਨੀ ਗੱਲ ਸੁਣ, ਕੀ? ਨੀ ਉਹ ਗੁਰਮੁਖ ਨੀ? ਹਾਂ। ਨੀ ਉਹਦੀ ਜਨਾਨੀ ਦੇ ਫੇਰ ਨਿਆਣਾ ਆਉਣਾ ਲੈ? ਅੱਛਾ। ਲੈ ਹੋਰ ਕੀ, ਨੀ ਪਹਿਲਾਂ ਵੀ ਸਫਾਈ ਕਰਾਈ ਤੀ ਉਹਨੇ। ਨੀ ਕਿਸੇ ਕੋਲੇ ਗੱਲ ਨਾ ਕਰੀ। ਲੈ ਦੱਸ, ਨੀ ਮੈਂ ਤੇਰੀ ਕਿਹਦੇ ਕੋਲ ਗੱਲ ਕਰਤੀ ਨੀ ਅੱਗੇ? ਨੀ ਇਹ ਗਰਨਾਮੋ ਦੇ ਨੂੰ ਜੈਲੋ ਨੀ ਹੈਗੀ? ਨੀ ਉਹਦੀ ਪਿੰਡ ਦੇ ਡਾਕਟਰ ਮਾੜੂ ਨਾਲ ਗੱਲਬਾਤ ਹੈ? ਲੈ ਬੂ, ਆਹੋ। ਹਾਂ, ਨੀ ਉਹ ਤਾਂ ਪਹਿਲਾਂ ਕਿਸੇ ਹੋਰ ਨਾਲ ਜਾਂਦੀ ਹੁੰਦੀ ਤੀ ਨੀ ਸਕੂਟਰ ਤੇ, ਇੱਥੇ ਹੱਥ ਰੱਖ ਕੇ। ਹਾਏ ਨੀ, ਮੈਂ ਮਰ ਗਈ। ਨੀ ਗੱਲ ਸੁਣ, ਆ ਦੁਨੀਆਂ ਦਾ ਤਾਂ ਸਬਰ ਹੀ ਹਿੱਲਿਆ ਪਿਆ, ਬੇੜਾ ਗਰਕ ਹੋਇਆ ਪਿਆ। ਹੋਰ? ਆ ਜਿਹੜਾ ਗੁਰਨਾਮ ਹੈ, ਉਹਦੀ ਨੂੰਹ ਦੀ ਸਗੇ ਦਿਓਰ ਨਾਲ ਹੈ। ਹਾਂ। ਆਹੋ। ਨੀ ਗੱਲ ਸੁਣ। ਹਾਂ। ਨੀ ਉਹਦੀ ਤਾਂ ਕਿਸੇ ਬਿੱਲੇ ਨਾਲ ਗੱਲਬਾਤ ਦੀ, ਉਹਦੇ ਨਾਲ ਕੀ ਪੰਗਾ ਪੈ ਗਿਆ? ਪਤਾ ਨੀ ਭੈਣੇ। ਚੱਲ ਦਫਾ ਕਰਨੀ, ਉਪਾਂ ਕੀ ਲੈਣਾ, ਜਿਹੜਾ ਜਿਹੇ ਜੀ ਕਰੂਗਾ ਉਹੀ ਜੀ ਭਰੂਗਾ। ਆਹੋ। ਆ ਲੈ ਦੇਖ, ਆ ਸੂਰਜ ਕਿੱਥੇ ਤੱਕ ਚੜਿਆ ਆ। ਨੀ ਚੱਲ ਚੱਲੀਏ, ਨਿਆਣੇ ਵੀ ਰੋਂਦੇ ਹੋਣਗੇ। ਚੱਲ ਭੈਣੇ। ਆਈ ਨੀ ਬੇਬੇ? ਜੱਸੀ, ਮੈਨੂੰ ਪ੍ਰਾਹੁਣੇ ਦਾ ਸੁਭਾਅ ਪਹਿਲਾਂ ਨਾਲੋਂ ਬਦਲਿਆ ਲੱਗਦਾ। ਹਾਂ ਬੇਬੇ, ਹੁਣ ਜ਼ਿੰਮੇਵਾਰੀਆਂ ਜੋ ਪੈ ਗਈਆਂ ਨੇ ਸਿਰ ਤੇ। ਬੇਬੇ ਦੇਖ ਲਾ, ਨੋਨੂ ਦੇ ਆਉਣ ਨਾਲ ਸਾਰਾ ਘਰ ਹਰਿਆ ਭਰਿਆ ਜਾ ਲੱਗਦਾ ਏ।
ਲੈ ਵੇਖ ਲਾ ਕਿੰਨਾ ਸੋਹਣਾ ਲੱਗਦਾ, ਟਰੈਕਟਰ ਨਾਲ ਖੇਡੀ ਜਾਂਦਾ, ਕਿੰਨਾ ਖੁਸ਼ ਹੈ। ਨਾਨਕਿਆਂ ਦਾ ਚਾਅ ਹੀ ਇੰਨਾ ਹੁੰਦਾ। ਬਲਜੀਤ ਹੋਰੀ ਉਹਦੇ ਨਾਨਕੇ ਚਾਰ ਚਾਰ ਦਿਨ ਲਾਇਆ ਆਉਂਦੇ ਨੇ। ਦੇਖ ਲਾ ਭਾਬੀ, ਜਦੋਂ ਸਾਨੂੰ ਛੁੱਟੀਆਂ ਹੁੰਦੀਆਂ ਸੀ ਨਾ ਤਾਂ ਅਸੀਂ ਮਾਮੇ ਨੂੰ ਕਹਿ ਦਿੰਦੇ ਸੀ ਬਈ ਸਾਨੂੰ ਆ ਕੇ ਲੈ ਜਾ। ਬੇਬੇ ਲਸਣ ਖੁੱਲਾ ਜਾ ਛਿੱਲ ਲਈ, ਮੈਂ ਬਿੱਲੇ ਨੂੰ ਡਾਇਰੀ ਤੇ ਭੇਜ ਕੇ ਨਾ ਪਨੀਰ ਮੰਗਾਇਆ। ਭਾਬੀ ਕਾਹਨੂੰ ਇੰਨਾ ਖਰਚ ਕਰਦੇ ਹੋ? ਨੀ ਨਾ ਕੁੜੇ, ਸੁੱਖ ਨਾਲ ਜਵਾਈ ਪਾਈ ਆ ਕੱਲਾ ਕੱਲਾ, ਲਸਣ ਤਾਂ ਮੈਂ ਮੀਟ ਲਈ ਸਿਲਦੀ ਆ। ਬੇਬੇ ਕੜਾਹ ਵੀ ਬਣਾਈ ਲਵਾਂਗੇ। ਨਾ ਕੁੜੇ, ਪ੍ਰਾਹੁਣੇ ਨੇ ਖਾਣਾ ਨੀ। ਨਹੀਂ ਨਹੀਂ, ਨੋਨੂ ਵੀ ਖਾ ਲੂ, ਨਾਲੇ ਉਹ ਵੀ ਖਾ ਲੈਣਗੇ। ਆ ਲਓ ਪਨੀਰ। ਬਿੱਲੇ ਚਾਹ ਲੈ ਕੇ ਜਾਈ ਖੇਤ। ਇਸ ਵਕਤ ਆ ਜੀ, ਪ੍ਰਾਹੁਣਾ ਆਇਆ ਵਿਆ। ਚੰਗਾ ਫਿਰ ਮੈਂ ਨੋਨੂ ਨੂੰ ਖੇਤ ਲੈ ਜਾਣਾ। ਨਾ ਭਾਈ, ਉੱਥੇ ਤਾਂ ਟੋਆ ਗਾ ਤੇ ਮੋਟਰ ਵੀ ਚੱਲਦੀ ਹੈ। ਕੁਛ ਨੀ ਹੁੰਦਾ ਬੇਬੇ, ਲੈ ਜਾਣਗੇ। ਨਾ ਭਾਈ, ਮੈਨੂੰ ਤਾਂ ਡਰ ਲੱਗਦਾ। ਮੈਨੂੰ ਲੱਗਦਾ ਅੱਜ ਮੀਟ ਬਣੂਗਾ। ਆਹੋ ਬਣੂਗਾ ਮੀਟ, ਜਾ ਪੱਕ ਜਾ। ਚੰਗਾ ਚੰਗਾ ਫਿਰ ਮੈਂ। ਬੇਬੇ ਤੂੰ ਧਾਰਾਂ ਚੋਲਾ, ਅਸੀਂ ਰੋਟੀ ਦਾ ਹਰ ਪਹਰ ਕਰਦੇ ਆ। ਚੱਲ ਠੀਕ ਹੈ, ਚੰਗਾ। ਬਾਈ ਆ ਜਾਓ, ਚਾਹ ਪੀ ਲਓ, ਆ ਜਾਓ। ਆ ਗਏ ਆ ਗਏ। ਹਾਏ ਹਾਏ, ਲੈ ਵੀ ਪਾ ਚਾਹ। ਲੈ ਵੀ ਪਾ ਯਾਰ। ਬਸ ਇੱਕ ਇਹੋ ਜਿਹੀ ਖਬਰ ਹੈ, ਤੁਸੀਂ ਖੁਸ਼ ਵੀ ਹੋਵੋਗੇ ਦੁਖੀ ਵੀ। ਉਹ ਦੇਖੀ ਕੀ ਹੋ ਗਿਆ, ਸਭ ਸੁੱਖ ਤਾਂ ਹੈ। ਪਹਿਲਾਂ ਖੁਸ਼ੀ ਦੀ ਗੱਲ ਸੁਣਨੀ ਆ ਕਿ ਦੁੱਖ ਦੀ? ਉਹ ਖੁਸ਼ੀ ਦੀ ਸੁਣਾ ਦੇ। ਆਪਣਾ ਨੋਨੂ ਆ ਗਿਆ। ਨੋਨੂ ਆ ਗਿਆ, ਫਿਰ ਤਾਂ ਦੁੱਖ ਦੀ ਖਬਰ ਇਹ ਹੋਊਗੀ, ਨਾਲ ਪ੍ਰਾਹੁਣਾ ਵੀ ਆਇਆ ਹੋਊਗਾ। ਪਰ ਪ੍ਰਾਹੁਣਾ ਸਾਊ ਬਹੁਤ ਬਣ ਗਿਆ। ਕਿਉਂ, ਦਾਰੂ ਛੱਡਤੀ? ਓਏ, ਉਹ ਕਿੱਥੇ ਦਾਰੂ ਛੱਡ ਦੂਗਾ, ਆ ਜਿਹੜਾ ਹਾੜੀ ਵਾਸਤੇ ਆਪਾਂ ਨੇ ਢੋਲ ਪਾਇਆ ਹੋਇਆ, ਲੱਗਦਾ ਪ੍ਰਾਹੁਣੇ ਦੇ ਢਿੱਡ 'ਚ ਜਾਊਗਾ। ਓਏ ਬਾਈ, ਉਹਨੂੰ ਕਹਿ ਦਾਂਗੇ। ਹੈ ਨੀ, ਉਹਨੂੰ ਕਿਹੜਾ ਸੁਪਨੇ ਆਉਂਦੇ ਨੇ, ਨਾਲੇ ਬਾਪੂ ਦੇ ਸੁਭਾਅ ਦਾ ਪਤਾ, ਉਹ ਤੁਹਾਡੀ ਜੁੱਤੀਆਂ ਖਾਵਾਂਗੇ। ਓਏ, ਦਾਰੂ ਜੰਟੇ ਦੀ ਮੋਟਰ ਤੇ ਲਗਾ ਦਿੰਦੇ ਆ। ਪਰ ਬੇਬੇ ਨੇ ਤਾਂ ਫੇਰ ਇਹੀ ਕਹਿਣਾ, ਨਾ ਨਾ, ਮੇਰੇ ਤਾਂ ਜਮਾਈ ਭਾਈ ਆ, ਉਹ ਵੀ ਵਿਚਾਰਾ। ਬਾਈ ਉਹ ਤਾਂ ਮੀਟ ਵੀ ਮੰਗੂਗਾ, ਕਹਿੰਦਾ ਸੀ ਮੀਟ ਬਣਾਇਓ। ਅੱਛਾ, ਉਹ ਪਰ ਇੱਕ ਗੱਲ ਆ, ਆ ਜਿੰਨੇ ਦਿਨ ਪ੍ਰਾਹੁਣਾ ਆਪਣੇ ਘਰੇ ਆ ਨਾ, ਆਪਣੀਆਂ ਤਾਂ ਲਹਿਰਾਂ ਵਹਿਰਾਂ ਰਹਿਣਗੀਆਂ। ਉਹ ਜੀਜੇ ਦਾ ਪੱਜ, ਸਾਲਿਆਂ ਦਾ ਰੱਜ। ਮਨਦੀਪ ਪੁੱਤ, ਤੂੰ ਵੀ ਪੈ ਜਾ ਕੇ, ਤੜਕੇ 4 ਵਜੇ ਦੀ ਉੱਠੀ ਐ। ਹੋਰ ਭਾਬੀ, ਤੇਰੀ ਤਾਂ ਸਾਰੀ ਦਿਹਾੜੀ ਚੌਂਕਾ ਚੁੱਲ੍ਹਾ ਸਾਂਭਣ ਚ ਹੀ ਚਲੀ ਜਾਂਦੀ ਹੈ, ਤੂੰ ਝੱਟ ਆਰਾਮ ਕਰ ਲੈ। ਬੀਬੀ ਬਸ ਆ ਨੋਨੂ ਨੀ ਪੈਣ ਦਿੰਦਾ, ਸਾਰਾ ਦਿਨ ਮੰਜਿਆਂ ਤੇ ਟੱਪੀ ਜਾਂਦਾ ਏ। ਤੈਨੂੰ ਪਤਾ ਮਾਮੀ ਨਾਲ ਇਹਦਾ ਪਿਆਰ ਹੀ ਬਾਹਲਾ। ਚੱਲ ਕੋਈ ਨਾ, ਉਹਦਾ ਨਾਨਕਿਆਂ ਨਾਲ ਤੇ ਉਹ ਹੀ ਜ਼ਿਆਦੇ ਹੈ। ਵੇ ਬਿੱਲਿਆ, ਆ ਨੋਨੂ ਨੂੰ ਥੱਲੇ ਫੜਾ ਜਾ, ਆਪ ਤਾਂ ਤੁਸੀਂ ਸਾਰੀ ਦਿਹਾੜੀ ਸੁੱਤੇ ਰਹਿੰਦੇ ਹੋ, ਹੁਣ ਅਸੀਂ ਸੋਣਾ ਝੱਟ। ਹੁਣ ਤਾਂ ਝੁਲਸੀ ਜਾਂਦੇ ਆ, ਸਵੇਰੇ ਇਹਨਾਂ ਨੇ 12 ਵਜੇ ਤੱਕ ਉੱਠਣਾ ਨੀ ਗਾ। ਬੇਬੇ, ਬਲਜੀਤ ਦੀ ਦਾਰੂ ਬਾਲੀ ਮਾੜੀ ਹੈ, ਐਵੇਂ ਭੜਕਦਾ। ਹੋਰ ਬੀਬੀ, ਇੱਕ ਦਿਨ ਮੋਟਰਸਾਈਕਲ ਤੋਂ ਡਿੱਗ ਪਿਆ, ਮੋਟਰਸਾਈਕਲ ਵੀ ਨਾ ਚੱਕਿਆ ਜਾਵੇ, ਬਿੱਲਾ ਤੇ ਬਿੰਦਰ ਜਾ ਕੇ ਚੱਕ ਕੇ ਲੈ ਕੇ ਆਏ ਨੇ। ਨੀ, ਦਾਰੂ ਨੂੰ ਵੇਖ ਕੇ ਤਾਂ ਇਹਨਾਂ ਦੀ ਜੀ ਮੁੱਤਣ ਲੱਗ ਜਾਂਦੀ ਹੈ। ਇੱਥੇ ਆ ਕੇ ਪੀਣ ਲੱਗਾ ਬੇਬੇ, ਘਰੇ ਤਾਂ ਜਮਾ ਨੀ ਪੀਂਦਾ ਸੀ। ਚੱਲ ਕੋਈ ਨਾ, ਜਵਾਈ ਭਾਈ ਸਹੁਰੇ ਆ ਕੇ ਪੀਂਦੇ ਹੁੰਦੇ ਆ, ਸੁੱਖਾ ਲੱਦਾ ਇੱਕੋ ਇੱਕ ਜਵਾਈ ਆ ਮੇਰਾ। ਬੇਬੇ ਤੂੰ ਹੀ ਚਮਲਾਈ ਜਾਨੀ ਆਪਦੇ ਜਵਾਈ ਨੂੰ। ਆਹੋ, ਮੈਂ ਹੀ ਚਮਲਾਇਆ ਗਾ। ਆ ਫੜੋ ਇਹਨੂੰ, ਸਾਨੂੰ ਸੌਣ ਨੀ ਦਿੰਦਾ। ਨੋਨੂ ਬਾਏ, ਆ ਜਾ ਨੋਨੀ, ਆ ਜਾ ਆ ਜਾ, ਆਪਾਂ ਸੋਈਏ। ਆ ਤਾਂ ਅੱਜ ਨੋਨੂ ਮੇਰੇ ਕੋਲ ਸੋਊਗਾ। ਸੋ ਜਾ ਪੁੱਤ, ਸੋ ਜਾ, ਅੱਜ ਨੋਨੂ ਮੇਰੇ ਕੋਲ ਸੋਊਗਾ। ਸੋ ਜਾ ਨੋਨੀ, ਸੋ ਜਾ, ਸੋ ਜਾ ਪੁੱਤ। ਜੀਜਾ ਕਿਉਂ ਰੋਣ ਲੱਗ ਗਿਆ? ਇੰਨੀ ਸੇਵਾ, ਇੰਨੀ ਸੇਵਾ ਮੇਰੀ ਹੋ ਰਹੀ ਹੈ, ਮਨ ਭਰ ਆਉਂਦਾ। ਕੀ ਭਰ ਆਉਂਦਾ ਮਨ? ਜਦੋਂ ਕਿਸੇ ਧਰਤੀ ਦੇ ਉੱਤੇ ਮੇਰੇ ਵਰਗੇ ਪ੍ਰਾਹੁਣੇ ਦੀ, ਜਮਾਈ ਭਾਈ ਦੀ ਸੇਵਾ ਹੁੰਦੀ ਹੈ, ਤਾਂ ਰੱਬ ਆਪ ਖੁਸ਼ ਹੁੰਦਾ। ਕੌਣ ਖੁਸ਼ ਹੁੰਦਾ? ਰੱਬ। ਰੱਬ ਉੱਤੋਂ ਫੁੱਲ ਵਰਸਾਉਂਦਾ ਪਰ ਦੀਦਾ ਨਹੀਂ। ਮੈਨੂੰ ਵੀ ਤੁਸੀਂ ਦਿਸ ਨਹੀਂ ਰਹੇ, ਕਾਲੇ ਕਾਲੇ ਜੇ ਲੱਗ ਰਹੇ ਹੋ, ਕਿਤੇ ਸਾਰੋ ਤੁਹਾਨੂੰ ਕਰੋਨਾ ਤਾਂ ਨਹੀਂ ਹੋ ਗਿਆ? ਜੀਜਾ, ਉਹ ਪਹਿਲਾਂ ਅੱਖਾਂ ਤੋਂ ਐਨਕਾਂ ਤਾਂ ਲਾ ਲਾ ਪਤੰਦਰਾ। ਹਾਏ ਹਾਏ, ਕਿੰਨੇ ਸੋਹਣੇ ਸੋਹਣੇ ਮੁੱਖੜੇ, ਇੱਕ ਮਿੰਟ।
ਕੀ ਗੱਲ ਜੀਜਾ, ਮੀਟ ਸਵਾਦ ਨਹੀਂ ਲੱਗਿਆ? ਜੀਜਾ, ਦੇਸੀ ਘਿਓ ਚ ਬਣਾਇਆ, ਮੁਸ਼ਕ ਤਾਂ ਗਵਾਂਢੀਆਂ ਦੇ ਘਰ ਤੱਕ ਪਹੁੰਚ ਗਿਆ। ਜਬਲੋ, ਮੁਸ਼ਕ ਨਹੀਂ ਹੁੰਦੀ, ਖੁਸ਼ਬੂ ਹੁੰਦੀ ਆ, ਖੁਸ਼ਬੂ ਜਿਹੜੀ ਗੁਲਾਬਾਂ ਚ ਆਉਂਦੀ ਹੈ। ਸਵਾਦ ਹੈ, ਉਹ ਗੱਲ ਨਹੀਂ ਬਣੀ। ਸਿਤਾਰ ਮਰੇਲ ਗੋਡਲੇ ਵਾਲਾ ਉਹ ਬਣਾਉਂਦਾ, ਮੀਟ ਐ ਹੁੰਦਾ, ਬਸ ਖਾਈ ਜਾ, ਸਵਾਦ ਹੈ। 1895 ਦੀ ਤੁਹਾਨੂੰ ਗੱਲ ਦੱਸ ਰਿਹਾ। ਕਿੰਨੇ ਦੀ? 1895 ਦੀ, ਅੰਗਰੇਜ਼ਾਂ ਵੇਲੇ ਦੀ। ਉਸ ਟਾਈਮ ਜਮਾਈ ਭਾਈ ਦੀ ਇੰਨੀ ਇੱਜ਼ਤ ਕਰਦੇ ਸੀ ਲੋਕ, ਰਹੇ ਰੱਬ ਦਾ ਨਾਂ। ਅੱਗੇ ਜਿਹੜੇ ਸਾਲੇ ਹੁੰਦੇ ਸੀ ਨਾ, ਸਾਲੇ ਸੇਵ ਕਰਾ ਕੇ ਆਪਣੇ ਜੀਜੇ ਦੀ ਖਾਤਰ ਮੁਜਰਾ ਕਰਦੇ ਹੁੰਦੇ ਸੀ। ਕੀ ਕਰਦੇ ਹੁੰਦੇ ਸੀ? ਮੁਜਰਾ ਨਾ ਜੀਜਾ, ਹੁਣ ਤੇਰੇ ਵਾਸਤੇ ਅਸੀਂ ਇੱਥੇ ਮੁਜਰੇ ਕਰੀਏ। ਜੀਜਾ ਬੈਠਾ ਹੋਵੇ ਤੇ ਸਾਲੇ ਮੁਜਰਾ ਨਾ ਕਰਨ, ਸਾਰਾ ਜ਼ਿੰਦਗੀ ਦਾ ਸਵਾਦ ਹੀ ਨਹੀਂ ਆਉਂਦਾ। ਉਹ ਸਦਕੇ ਜਾਈਏ ਪ੍ਰਾਹੁਣਿਆ, ਤੇਰੀਆਂ ਵੀ ਡਿਮਾਂਡਾਂ ਤੇ। ਵਿੱਚ ਨਹੀਂ ਬੋਲਣਾ, ਵਿੱਚ ਨਹੀਂ ਬੋਲਣਾ। ਚੱਲ ਤੇਰੀ ਇਹ ਫਰਮੈਸ਼ ਵੀ ਪੂਰੀ ਕਰ ਦਿੰਦੇ। ਪੇਸ਼ ਕਰੋ। ਅੱਜ ਰਲ ਕੇ ਗੁਜ਼ਾਰਾਂਗੇ ਰਾਤ, ਅੱਲਾ ਕਰੇ ਦਿਨ ਨਾ ਚੜੇ, ਅੱਲਾ ਕਰੇ ਦਿਨ ਨਾ ਚੜੇ, ਆਏ ਅੱਲਾ ਕਰੇ ਦਿਨ ਨਾ ਚੜੇ। ਤੁਸੀਂ ਤਿੰਨਾਂ ਨੇ ਮੈਂ ਤੋਂ ਥੱਪੜ ਖਾਣੇ ਨੇ, ਪੁੱਛੋ ਕਿਉਂ? ਕਿਉਂ? ਰਲ ਕੇ ਗੁਜ਼ਾਰਾਂਗੇ ਰਾਤ, ਅੱਲਾ ਕਰੇ ਦਿਨ ਨਾ ਚੜੇ, ਦਾਰੂ ਇੰਨੀ ਕਰੇਗੀ, ਦਿਨ ਚੜਨ ਚ ਅਜੇ ਬੜਾ ਟਾਈਮ ਪਿਆ। ਹੋ ਜੀਜਾ, ਉਹ ਫਿਕਰ ਕਿਉਂ ਕਰਦਾ, ਹੋਰ ਮੰਗਾ ਲੈਨੇ ਆ। ਮੁਜਰਾ ਕਰੋ, ਸੇਵ ਕਰਾਈ ਹੋਵੇ, ਸਾਰੇ ਨੱਚਣ। ਜੀਜਾ ਪੈਸੇ ਬਾਰੇ, 2000 ਦਾ ਨੋਟ। ਹਾਏ, ਮੈਂ ਸਦਕੇ ਜਾਵਾਂ ਜੀਜਾ, ਇਹੋ ਜਿਹੀਆਂ ਡਿਮਾਂਡਾਂ ਤਾਂ ਪਟਿਆਲੇ ਵਾਲੇ ਰਾਜੇ ਭੂਪੇ ਨੇ ਵੀ ਨਹੀਂ ਰੱਖੀਆਂ। ਓਏ ਬਿੰਦਰ, ਓਏ ਕਿੱਥੇ ਰਾਜਾ ਭੂਪਾ ਤੇ ਕਿੱਥੇ ਜੀਜਾ ਤੇਲੀ? ਪਟਿਆਲੇ ਵਾਲਾ ਰਾਜਾ ਮੇਰੀ ਕੀ ਰੀਸ ਕਰੂਗਾ, ਉਹਨੂੰ ਮਰੇ ਨੂੰ ਜੁਗੜੇ ਹੋ ਗਏ ਤੇ ਜੱਟ ਆ ਫਿਰਦਾ ਜਿਉਂਦਾ ਜਿਉਂਦਾ, ਕਿਉਂਕਿ ਜੱਟ ਵਰਗਾ ਬੰਦਾ ਪੂਰੀ ਦੁਨੀਆ ਤੇ ਨਹੀਂ। ਹਾਏ, ਮਨ ਖੁਸ਼ ਕਰਤਾ, ਬੁੱਗੀ ਦੇ ਦੇ। ਲੈ ਤੂੰ ਵੀ ਦੇ ਦੇ, ਉਸ ਦਾ ਜਦੂ ਤਾਂ ਬਾਪੂ ਹੈ, ਪੱਗ ਪਾਓਏ। ਉਹ ਲਿਆ ਜੀਜਾ, ਮੈਂ ਪਾ ਕੇ ਦਿੰਨਾ। ਸੇਵਾ ਕਰੀ ਦੀ ਹੈ ਜੀਜੇ ਦੀ, ਜਦੋਂ ਬਾਪੂ ਤੂੰ ਨਾ ਆਖਰ ਕੇ ਜੇ ਬੋਲਦਾ ਉਦੋਂ ਮਨ ਨੂੰ ਠੇਸ ਬਹੁਤ ਲੱਗਦੀ ਹੈ। ਇੱਕ ਗੱਲ ਕਹਾਂ ਬਾਪੂ, ਬੀਬੀ ਤੋਂ ਡਰਿਆ ਨਾ ਕਰ, ਇਹ ਫੋਸਲਾਂ ਹੁੰਦੀਆਂ ਨੇ ਤੀਵੀਆਂ ਫੋਸਲਾਂ। ਕੀ ਹੁੰਦੀਆਂ ਨੇ ਫੋਸਲਾਂ? ਫੋਸਲਾਂ, ਪੈਗ ਲਾਇਆ ਕਰ, ਪੈਗ ਲਾ ਕੇ ਰੋਬ ਰੱਖਿਆ ਕਰ, ਜਿੰਨਾ ਚਿਰ ਬੰਦੇ ਦਾ ਰੋਬ ਨੀ ਨਾ ਤੀਵੀ ਓਨਾ ਚਿਰ ਡਰਦੀ ਨੀ। ਹਾਏ ਓ ਪ੍ਰਾਹੁਣਿਆ, ਮੈਂ ਵੀ ਚੋਰੀਓ ਲਾਉਣਾ ਹੁੰਦਾ ਪਰ ਤੇਰੇ ਵਾਂਗੂ ਨੀ ਕਰਦਾ ਹੁੰਦਾ, ਦੇਖੀ ਕਿਤੇ ਮੇਰੇ ਭੇਤ ਨਾ ਖੋਲਦੀ। ਬਾਪੂ ਤੂੰ ਤਾਂ ਮੈਨੂੰ ਰੱਬ ਲੱਗਦਾ ਸੱਚੀ। ਦੇਖੀ ਜੀਜਾ ਕੀ ਹੋ ਗਿਆ, ਠੀਕ ਆ? ਪਾਇ ਕਰੋ ਸੇਵਾ ਜਾਦੇ ਹੁਣ ਆਪਾਂ ਪਾਈ ਜੋ। ਬਾਪੂ ਜੀ ਤੁਸੀਂ ਬੰਦੇ ਨੀ ਦੇਵਤੇ ਹੋ। ਉਹ ਜੀਜਾ ਤਾਂ ਉਲਟੀਆਂ ਕਰਨ ਲੱਗ ਗਿਆ ਯਾਰ, ਸ਼ਰਾਬੀ ਨਹੀਂ ਹੋਇਆ, ਕਰੋਨਾ ਵਾਇਰਸ ਬਾਹਰ ਕੱਢਿਆ। ਇੱਕ ਮਿੰਟ ਪਾਓ ਯਾਰ ਜੀਜੇ ਨੂੰ। ਉਹ ਜੀਜਾ ਦਾਰੂ ਨਾਲ ਕਿਉਂ ਹੱਥ ਧੋਣਾ? ਹੱਥ ਸੈਨਾਟਾਈਜ਼ਰ ਕਰੇ ਨੇ। ਕੀ ਕਰੇ ਨੇ? ਸੈਨਾਟਾਈਜ਼ਰ।
ਬਿੰਦਰਾ ਪਾ ਯਾਰ ਜੀਜੇ ਨੂੰ ਹੁਣ। ਲੈ ਵੀ ਐ ਕਰਿਓ, ਮੈਂ ਤਾਂ ਜਾਨਾ ਤੇ ਪ੍ਰਾਹੁਣੇ ਨੂੰ ਕੱਪੜੇ ਕੁੱਪੜੇ ਲਿਆ ਕੇ ਦੇ ਦਿਓ। ਹੈਂ ਬਾਪੂ ਸਾਹਮਣੇ ਬੇਇੱਜ਼ਤੀ ਤਾਂ ਨਹੀਂ ਹੋਈ? ਜਮੀਨੀ ਜੀਜਾ ਇੱਕ ਪੈਗ ਦਿਓ, ਇੱਕ ਪੈਗ। ਲੈ ਜੀਜਾ ਤੂੰ ਮੇਰੇ ਵਾਲਾ ਲਾ ਲਾ। ਲੱਤਾਂ ਦੱਬ ਦਿਓ। ਪੈ ਜਾ ਜੀਜਾ। ਹਾਏ ਸੇਵਾ, ਨਜ਼ਾਰੇ ਦੀ ਸੇਵਾ। ਸੋਸ਼ਲ ਡਿਸਟੈਂਸ ਰੱਖਿਓ ਏ, ਕੀ ਰੱਖਿਓ? ਬਲਜੀਤ ਬਾਈ ਮੂੰਹ ਛੋਟਾ ਗੱਲ ਵੱਡੀ ਹੈ, ਰੋਣੇ ਦੇ ਦੋ ਦਿਨ ਥੱਪੜ ਨਾ ਲਾ ਦਾਂ। ਨਾ 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 ਸਾਲਿਆ, ਆਪਣੇ ਘਰ ਦਾ ਕਲੌਤਾ ਬਰਾਉਣਾ ਕੋਈ ਫੋਦੂ ਬੰਦਾ ਨਹੀਂ ਹੈਗਾ। ਚੱਲ ਆਪਾਂ ਇਹਦੇ ਵਾਸਤੇ ਜਾ ਕੇ ਬਿਸਤਰ ਦਾ ਪ੍ਰਬੰਧ ਕਰੀਏ। ਉੱਥੋਂ ਲੈ ਵੀ ਮੱਛਰੋ, ਪ੍ਰਾਹੁਣਾ ਤੁਹਾਡੇ ਹਵਾਲੇ ਆ, ਰੱਜ ਲਓ। ਸੋਸ਼ਲ ਡਿਸਟੈਂਸ। ਲੈ ਕੁੜੇ, ਤੇਰਾ ਬਾਪੂ ਨੋਨੂ ਨੂੰ ਭੁੱਖਣ ਭਾਣੇ ਨੂੰ ਬਾਹਰ ਲੈ ਗਿਆ। ਕੋਈ ਨੀ ਬੇਬੇ, ਫਿਕਰ ਨਾ ਕਰ, ਨੋਨੂ ਬਾਪੂ ਨਾਲ ਹੀ ਗਿਆ, ਆ ਜਾਊਗਾ। ਓਏ ਚੰਗੀ ਤਰ੍ਹਾਂ ਦੱਬੋ, ਹੈ ਜਾਨ ਨਹੀਂ ਹੈਗੀ ਥੋੜੇ ਚ? ਉਹ ਪ੍ਰਾਹੁਣਿਆਂ ਤੜਕੇ ਦਾ ਤਾਂ ਦੱਬੀ ਜਾਂਦਾ, ਮੇਰੀਆਂ ਤਾਂ ਬਾਹਾਂ ਵੀ ਦੁਖਣ ਲੱਗ ਪਈਆਂ। ਦੁਖਣ ਲੱਗੀਆਂ ਨਾਲੇ ਹੋਰ। ਓਏ ਉਹ ਤੁਸੀਂ ਖਬਰ ਪੜ੍ਹੀ ਆ, ਭਾਰਤ 21 ਦਿਨਾਂ ਵਾਸਤੇ ਲੌਕਡਾਊਨ ਕਰਤਾ। ਵੇ ਉਹ ਕੀ ਹੁੰਦਾ ਹੈ? ਉਹ ਬੇਬੇ ਕਰਫਿਊ ਹੁੰਦਾ, ਕਰਫਿਊ। ਬੂ ਵੇ ਉਹ ਸਾਡੇ ਵਿਆਹ ਵੇਲੇ ਲੱਗਿਆ ਸੀ। ਬੂ ਮੈਂ ਮੱਚ ਗਈ, ਹੁਣ ਕੀ ਬਣੂਗਾ? ਬਣਨਾ ਕੀ ਆ, ਬਸ ਆਪਣਾ 21 ਦਿਨ ਘਰੇ ਬੈਠੋ। ਚੱਲ ਜੱਸੀ ਫਿਰ ਹੋ ਤਿਆਰ, ਆਪਣਾ ਤਾਂ ਸਰਨਾ ਨੀ। ਨਾ ਪੁੱਤ, ਬਾਹਰ ਕਰਫਿਊ ਲੱਗਿਆ ਹੋਇਆ। ਬੇਬੇ ਅਸੀਂ ਰਾਤ ਬਰਾਤੇ ਵਗ ਜਾਂਗੇ, ਸਾਡਾ ਤਾਂ ਕੋਈ ਘਰ ਹੀ ਲੁੱਟ ਕੇ ਲੈ ਜੂਗਾ। ਬੀਬੀ ਕਿਧਰੇ ਨੀ ਕੋਈ ਘਰ ਲੁੱਟ ਕੇ ਲੈ ਕੇ ਜਾਂਦਾ, ਤੁਸੀਂ ਇੱਥੇ ਰਹੋ, ਇਹ ਬਹੁਤ ਭੈੜੀ ਬਿਮਾਰੀ ਹੈ, ਬਜ਼ੁਰਗਾਂ ਤੇ ਜਵਾਕਾਂ ਨੂੰ ਤਾਂ ਜ਼ਿਆਦਾ ਹੁੰਦੀ ਆ। ਲੈ ਉਹ ਬਾਪੂ ਆ ਗਿਆ, ਚੱਲ ਚੱਲੀਏ। ਓਏ ਇਹਦੇ ਚ ਮਾੜਾ ਮੋਟਾ ਤੇਲ ਤਾਂ ਗਾਲ ਲਿਆ ਕਰੋ, ਅਸੀਂ ਔਖੇ ਹੁੰਦੇ ਗਏ ਆ ਰੋੜ ਕੇ ਲੈ ਕੇ ਜਾ ਕੇ। ਤੇਲ ਤਾਂ ਮੁੱਕਣੀ ਹੈ, ਕੋਈ ਖੰਡ ਤੈਨੂੰ ਦਿੰਦਾ ਨੀ, ਗੱਡਾ ਬਣਾ ਰੱਖਿਆ, ਟਾਇਰ ਜਮਾ ਕਸਾ ਤੇ। ਪਹਿਲੀ ਵਾਰੀ ਲੈ ਕੇ ਗਿਆ, ਹੁਣ ਟੈਂਕੀ ਭਰਾ ਕੇ ਲਿਆ ਕੇ ਦਿੱਤੀ ਆ ਤੈਨੂੰ। ਵਧੀਆ ਕੀਤਾ ਫਿਰ, ਚਲਾਉਣਾ ਵੀ ਤੁਸੀਂ ਹੀ ਹੈ। ਉਹ ਕੀ ਹੋ ਗਿਆ ਸਾਰੇ ਚੁੱਪ ਜੇ ਕਰੀ ਬੈਠੇ ਹੋ? ਉਹ ਹੋਣਾ ਕੀ ਆ ਬਾਪੂ, 21 ਦਿਨਾਂ ਵਾਸਤੇ ਭਾਰਤ ਲੌਕਡਾਊਨ ਹੋ ਗਿਆ। ਬਾਪੂ ਬਾਈ ਕਹਿੰਦਾ ਮੈਂ ਜਾਣਾ, ਅੱਗੇ ਮੇਰਾ ਸਰਦਾ ਨਹੀਂ ਹੈਗਾ। ਤੇ ਫਿਰ ਸਹੀ ਕਹਿੰਦਾ। ਤੇ ਤੈਨੂੰ ਨਹੀਂ ਪਤਾ ਬਾਲੀ ਭੈੜੀ ਬਿਮਾਰੀ ਆ, ਪੁਲਿਸ ਘੇਰਦੀ ਆ। ਉਹ ਫੈਮਿਲੀ ਨਾਲ ਕੁਛ ਨਹੀਂ ਕਹਿੰਦੇ, ਜੇ ਕਿਸੇ ਨੇ ਪੁੱਛਿਆ ਤਾਂ ਕਹਿ ਦੇਣਗੇ ਰਿਸ਼ਤੇਦਾਰੀ ਚੋਂ ਆਏ ਆ। ਬਾਪੂ ਥਾਂ ਥਾਂ ਤੇ ਪੁਲਿਸ ਖੜੀ ਹੈ, ਥਾਂ ਥਾਂ ਖੜੇ ਘੇਰ ਰਹੇ ਨੇਗੇ। ਓਏ ਜੀਜੇ ਦਾ ਜਾਣਾ ਬਹੁਤ ਜ਼ਰੂਰੀ ਆ। ਸਹੀ ਗੱਲ ਹੈ, ਜਮਾ ਸਹੀ ਗੱਲ ਹੈ। ਹੋ ਸਕਦਾ ਬਾਪੂ ਇੱਕ ਦੋ ਦਿਨਾਂ ਚ ਖੁੱਲ ਜੇ। ਬੇ ਜਿੱਦਣ ਖੁੱਲ ਗਿਆ ਉਸ ਦਿਨ ਵਗ ਜਾਣਗੇ। ਬੂ ਮੇਰੇ ਤਾਂ ਹੌਲ ਪਈ ਜਾਂਦੇ ਆ। ਓਏ ਨਹੀਂ ਖੁੱਲਦਾ, ਇਹਨਾਂ ਨੂੰ ਜਾਣ ਦਿਓ। ਚੰਗਾ ਫਿਰ ਜਸਵਿੰਦਰ ਕੁਰੇ, ਤੂੰ ਰਹਿ, ਮੈਨੂੰ ਜੋ ਹੁੰਦਾ ਹੋ ਜਾਣ ਦੇ, ਘੱਟੋ ਘੱਟ ਆਪਣਾ ਜਵਾਕ ਤਾਂ ਬਚ ਜੂ। ਨਾ ਭਾਈ ਪਹਿਆ ਚੁੱਪ ਕਰਕੇ, ਕਿਤੇ ਨਹੀਂ ਜਾਣਾ, ਮੈਂ ਆਪੇ ਪਕਾ ਕੇ ਖਵਾ ਦੂੰਗੀ। ਚੰਗਾ ਬੇਬੇ, ਜੇ ਤੁਸੀਂ ਸਾਰੇ ਜ਼ਿਆਦਾ ਜਿੱਦ ਕਰਦੇ ਹੋ ਫਿਰ ਮੈਂ ਔਖਾ ਸੌਖਾ ਰਹਿ ਜਾਂਦਾ। ਜੇ ਦੋ ਜਣਾਂ ਦਾ ਢਿੱਡ ਨੀ ਭਰ ਸਕਦੇ। ਤੇਰਾ ਤੰਦੋਗਾ ਤਿੰਨ ਡੰਗ ਮੀਟ ਭਾਲਦਾ, ਮੀਟ ਨਾ ਹੁਣ ਮਾਰ, ਬਸ਼ਰਮ ਕਿਸੇ ਥਾਂ ਦਾ, ਸ਼ਰਮ ਨੀ ਆਉਂਦੀ ਗੀ, ਜਵਾਕ ਬਰੋਬਰ ਦੇ ਹੋਏ ਆ। ਮੈਂ ਗੁੱਤਣੀ ਫੜ ਕੇ ਘਰੋਂ ਕੱਢ ਦੂ, ਕਿਵੇਂ ਸਾਲੀ ਚਵਰ ਚਵਰ ਕਰਦੀ ਹੈ। ਮੈਂ ਨੀ ਇੱਥੇ ਰਹਿੰਦੀ ਹੈਗੀ, ਮੈਂ ਚੱਲੀ ਆਪਣੇ ਪੇਕਿਆਂ ਨੂੰ। ਉਹ ਤੂੰ ਰਹਿਣ ਦੇ ਰਹਿਣ ਦੇ, ਬਾਹਰ ਕਰਫਿਊ ਲੱਗਿਆ ਹੋਇਆ, ਨਾਲ ਤੈਨੂੰ ਪਤਾ ਨਹੀਂ ਉਹ ਕਿੱਦਾਂ ਦਾ ਬੰਦਾ। ਬਸ ਕਰ, ਹੁਣ ਬੂਕਣਾ ਤੁਹਾਡੇ ਕੰਡੇ ਬੀਜੇ ਸਭ ਨੂੰ ਚੁੱਕਣੇ ਪੈਣੇ ਆ। ਚੁੱਪ ਕਰ ਜੋ ਸਾਰੇ, ਕਿਵੇਂ ਚੌਣੇ ਨੇ ਰੌਲਾ ਪਾਇਆ, ਉਹ ਗੁੱਸਾ ਤੇਰੇ ਨਹੀਂ ਗੁੱਸਾ ਕਰਦਾ, ਇੱਕ ਨੰਬਰ ਦਾ ਢੀਠਾ ਢੀਠ ਹੋ। ਤੇਰੇ ਤਿੱਲੇ ਤੋਂ ਸੂਰਤ ਦੀ ਦੀਆ ਹੀਰ ਦੀ ਔਲਾ ਵੇਖ ਗੋਰਖਾ ਉੱਡਦੀ ਐ ਫੁਲਕਾਰੀ। ਕੀ ਗੱਲ ਗੱਡੀ ਸਾਫ਼ ਕਰ ਰਿਹਾ, ਕਿਤੇ ਜਾਣਾ?
ਉਹ ਯਾਰ ਕਾਹਨੂੰ ਦੁੱਖ ਦੀਆਂ ਰਗਾਂ 'ਤੇ ਹੱਥ ਧਰਦਾ। ਬਾਪੂ ਨੇ ਬੇਬੇ ਛਾਂਗਤੀ, ਬਾਈ ਨੇ ਭਾਬੀ, ਉਹਨਾਂ ਦਾ ਕੀ ਕਸੂਰਤੀ? ਉਹਨਾਂ ਨੇ ਤਾਂ ਪ੍ਰਾਹੁਣੇ ਨੂੰ ਰਹਿਣ ਵਾਸਤੇ ਕਿਹਾ ਤੀ। ਉਹਦੇ ਤਾਂ 100% ਹੀ ਲੱਛਣ ਰਹਿਣ ਦੇ। ਤਾਂ ਪਹਿਲੇ ਹੀ ਰਹਿਣ ਦੀ ਸਕੀਮ ਬਣਾ ਕੇ ਆਏ ਤੀ। ਬੰਦਾ ਪੂਰਾ ਚਾਲੂ ਹੈ, ਕਦੇ ਕਦੇ ਤਾਂ ਜਮਾਂ ਹੀ ਭੋਲਾ ਬਣ ਜਾਂਦਾ, ਕਦੇ ਕਦੇ ਭੈਣ ਦਾ ਦੀ ਨਾ ਐਂ ਰੋਬ ਮਾਰਦਾ ਜਿਵੇਂ ਡੀਸੀ ਲੱਗਿਆ ਹੋਵੇ। ਬੇਬੇ ਅਤੇ ਭਾਬੀ ਸੁੱਤੀਆਂ ਪਈਆਂ ਨੇ, ਆਪਾਂ ਰੋਟੀ ਕਰਨੀ ਆ, ਭੁੱਖੇ ਮਰਾਂਗੇ। ਚੀਜ਼ਾਂ ਕਿੱਥੇ ਆ? ਓਏ ਅੰਦਰ ਪਿਆ ਟੁੰਨ ਹੋ ਕੇ। ਨਾ ਉਹਨੂੰ ਕਿੰਨੇ ਦਾਰੂ ਦੇ ਤੀ? ਓਏ ਮੈਥੋਂ ਮੰਗ ਲਈ, ਦੇਣੀ ਪੈਣੀ ਤੀ। ਪ੍ਰਾਹੁਣਾ ਕਹਿੰਦਾ ਜੱਟ ਵਰਗਾ ਬੰਦਾ ਪੂਰੀ ਦੁਨੀਆ 'ਤੇ ਨਹੀਂ। ਮੈਨੂੰ ਤਾਂ ਲੱਗਦਾ ਉਹਦੇ ਵਰਗਾ ਮਲੰਗ ਬੰਦਾ ਪੂਰੀ ਦੁਨੀਆ 'ਤੇ ਨਹੀਂ ਹੈਗਾ। ਐਂ ਕਰੀ, ਜਦੋਂ ਉੱਠੂਗਾ ਨਾ ਇੱਕ ਪੈਗ ਹੋਰ ਲਵਾ ਦੀ, ਤੜਕੇ ਨੂੰ ਬੇਬੇ ਅਤੇ ਭਾਬੀ ਦਾ ਗੁੱਸਾ ਉੱਤਰ ਜੂਗਾ। ਓਏ ਭੈਣ ਤੇ ਉਹਨੂੰ ਸੁੱਤੇ ਪਏ ਨੇ, ਨਾਲੇ ਭੈਣ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਕਲੇਸ਼ ਦਾ। ਓਏ ਉਹਨੂੰ ਤਾਂ ਉਹਦੀਆਂ ਕਰਤੂਤਾਂ ਦਾ ਸਾਰਾ ਪਤਾ। ਓਏ ਬਿੱਲਿਆ, ਅੱਗ 'ਤੇ ਮਿੱਟੀ ਪਾਈ ਦੀ ਆ, ਫੂਸ ਨਹੀਂ। ਚੱਲ ਚੰਗਾ ਫਿਰ। ਚੰਗਾ। ਹਾਏ ਨੀ ਨੀ ਸੁਰਜੀਤ ਕੁਰੇ ਨੀ, ਹਾਂ ਲੈ ਦੇਖ ਲੈ ਨੀ, ਹੈ ਕੀ ਮਹਾਮਾਰੀ ਆ ਗਈ, ਰੱਬ ਦੇ ਘਰ ਵੀ ਬੰਦ ਕਰਵਾਤੇ। ਆਹੋ ਆ ਮੇਰੀ ਦਾਦੀ ਸੱਸ ਕਹਿੰਦੀ ਸੀ ਪਲੇਗ ਦੀ ਬਿਮਾਰੀ ਨੇ ਪਿੰਡਾਂ ਦੇ ਪਿੰਡ ਤਬਾਹ ਕਰਤੇ ਸੀ, ਲੋਕਾਂ ਨੂੰ ਫੂਕਣ ਲਈ ਲੱਕੜ ਤੱਕ ਨਹੀਂ ਸੀ ਮਿਲਦੀ। ਲੈ ਹੋਰ ਆ ਲੋਕ ਬੇੜੀ ਬੈਠੀ ਆਲੇ ਜਮਾਂ ਨੀ ਘਰੇ ਟਿੱਕੇ ਬੈਠਦੇ, ਡਾਰਾਂ ਦੀਆਂ ਡਾਰਾਂ ਬਣਾ ਕੇ ਤੁਰਦੇ ਨੇ। ਮੇਰੀ ਇੱਕ ਗੱਲ ਸੁਣ ਲਾ, ਜੇ ਇਹ ਬਿਮਾਰੀ ਪਿੰਡ 'ਚ ਆ ਗਈ ਨਾ ਪਿੰਡਾਂ ਦੇ ਪਿੰਡ ਖਾਲੀ ਹੋ ਜਾਣਗੇ। ਸਹੀ ਗੱਲ ਆ ਭੈਣੇ ਤੇਰੀ, ਆ ਕੇਰ ਸਿੰਘ ਲੰਬਰਦਾਰ ਦਾ ਪਤਾ ਲੱਗਿਆ ਤੈਨੂੰ? ਉਹਨੇ ਸ਼ਹਿਰ ਤੀਵੀ ਰੱਖੀ ਹੋਈ ਆ, ਰੋਜ਼ ਸਾਈਕਲ ਤੇ ਮਿਲ ਜਾਂਦਾ ਉਹਨੂੰ। ਲੈ ਦੱਸ ਨੀ ਉਹ ਧੋਲ ਝਾਟਾ? ਆਹੋ ਬੇਸ਼ਰਮ ਕਿਸੇ ਥਾਂ ਦਾ। ਨੀ ਗੱਲ ਸੁਣ, ਨੀ ਉਹ ਛਿੰਬਿਆਂ ਦੀ ਰਤਨ ਹੈ, ਆਪਣੇ ਬਾਹਮਣਾਂ ਦਾ ਪ੍ਰੇਮ ਨੀ? ਆਹੋ ਉਹਨਾਂ ਦੀ ਕੁੜੀ ਦੇ ਨਾਲ ਗਲੀ 'ਚ ਖੜਾ ਗੁਟਰਕੂੰ ਗੁਟਰਕੂੰ ਕਰੇ। ਬੂਮਾ ਮਰ ਗਈ ਲਹਿਰ, ਉੱਤੋਂ ਆ ਗਈ ਪ੍ਰੇਮ ਦੀ ਬਹੂ, ਲੈ ਓਨੇ ਤਾਂ ਰਤਨ ਆਉਂਦੇ, ਲੈ ਤਰੇ ਦੀ ਦੈਤਰੇ ਦੀ। ਅੱਛਾ ਹੋਰ ਉਹ ਕੁੱਟੀ ਕੁੱਟ ਕੁੱਟ ਕੇ ਸਿੱਧੀ ਕਰਤੀ ਰਤਨੋ। ਨੀ ਵੈਸੇ ਇੱਕ ਗੱਲ ਹੈ, ਪ੍ਰੇਮ ਦੀ ਬਹੂ ਤਕੜੀ ਹੈ ਤੇ ਰਤਨੋ ਉਹ ਚੂਹੀ ਜੀ ਹੈ। ਹੋਰ ਨਾ ਇੱਕ ਗੱਲ ਦੱਸ ਮੈਨੂੰ, ਉਹਨੇ ਪ੍ਰੇਮ 'ਚ ਦੇਖਿਆ ਕੀ? ਚੱਲ ਛੱਡ, ਆਪਾਂ ਕਿਸੇ ਤੋਂ ਕੀ ਲੈਣਾ, ਜਿਹਦੀਆਂ ਅੱਖਾਂ ਦੁਖਣਗੀਆਂ ਆਪੇ ਪੱਟੀ ਬੰਨੂਗਾ। ਨੀ ਚੱਲ ਚੱਲੀਏ, ਅੱਜ ਸਰਪੰਚ ਰਾਸ਼ਨ ਵੰਡਣ ਆਊਗਾ। ਚੱਲ ਚੱਲ ਭੈਣੇ। ਲੈ ਬਾਈ ਸਮੋਸੇ ਖਾ ਲਾ। ਲੈ ਜੀ ਚਟਨੀ ਵੀ ਨਾਲ ਹੈ। ਤਿੰਨ ਸਮੋਸੇ, ਉਹ ਵੀ ਤਿੰਨ ਖੂੰਜੇ। ਬਈ ਕੁੜੀਏ, ਕਿਤੇ ਤੂੰ ਹਲਵਾਈਆਂ ਦੀ ਕੁੜੀ ਤਾਂ ਨੀ ਹੈਗੀ? ਆ ਕੀ ਸਮੋਸੇ 'ਚ ਆਲੂ, ਜੇ ਕਿਤੇ ਪਨੀਰ ਹੁੰਦਾ ਨਾ। ਆਹਾ ਕਿਆ ਬਾਤਾਂ ਸੀ। ਉਹ ਪ੍ਰਾਹੁਣਿਆ, ਪਨੀਰ ਤੈਨੂੰ ਪਤਾ ਦੁੱਧ ਦਾ ਬਣਦਾ, ਤੇ ਲੋਕਡਾਊਨ 'ਚ ਚਾਹ ਨੂੰ ਤਾਂ ਮਸਾਂ ਦੁੱਧ ਮਿਲਦਾ। ਜੇ ਪ੍ਰਾਹੁਣੇ ਦੀ ਇੱਜ਼ਤ ਕਰਨੀ ਆ ਨਾ ਤਾਂ 4-5 ਮੈਸਾਂ ਖੁੱਲੀ ਤੇ ਬੰਨੋ, ਸਮਝ ਗਏ? ਬਾਪੂ ਪ੍ਰਾਹੁਣੇ ਨੂੰ ਤਾਂ ਰੱਬ ਵੀ ਖੁਸ਼ ਕਰ ਸਕਦਾ। ਨਾ 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 ਨਾ, ਕੋਈ ਨਹੀਂ ਖੁਸ਼ ਕਰ ਸਕਦਾ। ਮੈਨੂੰ ਵੀ ਸਮੋਸੇ ਲਿਆ ਦੋ। ਉਹ ਪਹਿਲਾਂ ਪ੍ਰਾਹੁਣੇ ਨੂੰ ਤਾਂ ਅੱਜ ਲੈਣ ਦੇ, ਮੂਹਰੇ ਹੋ ਕੇ ਪੈ ਜਾਂਦੇ, ਮਾੜੀ ਨੀ ਤਾਲਿਓ। ਉਹ ਬੇਬੇ, ਉਹ ਪ੍ਰਾਹੁਣਾ ਵੀ ਕਦੇ ਰੱਜਿਆ? ਉਹ ਮਨਦੀਪ, ਜੇ ਪ੍ਰਾਹੁਣੇ ਕੋਲੋਂ ਸਮੋਸਾ ਬਚ ਗਿਆ ਨਾ ਤਾਂ ਮੈਨੂੰ ਵੀ ਭੇਜ ਦਿਓ। ਬੜਾ ਸਵਾਦ ਆ, ਦੋ ਹੋਰ ਲੈ ਕੁੜੀਓ। ਇੱਥੋਂ ਪਤਾ ਲੱਗਦਾ ਵੀ ਬੰਦਾ ਖਾਂਦੇ ਪੀਂਦੇ ਕਰਦਾ। ਓਏ ਆਇਆ ਕਰੋ, ਨਮਕੀਨ ਤਾਂ ਬੜਾ ਘੈਂਟ ਹੋ ਗਿਆ, ਅੱਜ ਕੱਲ੍ਹ ਜਲੇਬੀਆਂ ਦਾ ਟ੍ਰੈਂਡ ਚੱਲ ਰਿਹਾ, ਜਲੇਬੀਆਂ ਹੋ ਜਾਣ। ਬੇਬੇ ਤੈਨੂੰ ਆਉਂਦੀਆਂ ਜਲੇਬੀਆਂ ਬਣਾਉਣੀਆਂ? ਭਾਈ ਮੈਨੂੰ ਤਾਂ ਕਿੱਥੇ ਆਉਂਦੀਆਂ ਨੇ, ਆ ਤੁਸੀਂ ਟੂਬ ਜੀ ਤੋਂ ਦੇਖ ਕੇ ਬਣਾਉਣੀਆਂ ਹੁੰਦੀਆਂ, ਉਹਨੂੰ ਦੇਖ ਕੇ ਬਣਾ ਲਓ, ਪ੍ਰਾਹੁਣਾ ਨਹੀਂ ਰੁੱਸਣਾ ਚਾਹੀਦਾ। ਭਾਬੀ ਬੇਬੇ ਕਿਹੜੀ ਟੂਬ ਦੀ ਗੱਲ ਕਰਦੀ ਆ? ਆਹੀ ਬੀਬੀ ਯੂਟਿਊਬ ਦੀ। ਹਾਏ ਮੇਰਾ ਤਾਂ ਤੇਲ ਵੀ ਮੱਚ ਗਿਆ। ਜਾ ਬੇਬੇ ਤੂੰ ਵੀ ਨਾ ਟੂਬ ਟੂਬ ਕਰੀ ਜਾਇਆ ਕਰ। ਆ ਦੋ ਸਮੋਸੇ ਹੋਰ ਲੈ, ਨਾਲੇ ਪਾਣੀ ਲਿਆ। ਬਈ ਆਹਾ ਇੱਧਰ ਨਾ ਦੇਖ, ਮੈਂ ਖਾ ਰਿਹਾ, ਨੀਤ ਨਾ ਰੱਖੋ। ਪਾਣੀ ਦੀ ਪਾਣੀ, ਮੂੰਹ ਮੱਚ ਗਿਆ, ਮੂੰਹ ਮੱਚ ਗਿਆ। ਹੋਰ ਦੇ ਦੇ ਸਮੋਸੇ ਲਿਆ, ਸਾਲਾ ਚਮਚੇ ਨਾਲ ਕਿਹੜਾ ਸਵਾਦ ਆਉਂਦਾ, ਏਦਾਂ ਹੀ ਚੱਲਣ ਦੇ। ਉਹ ਕਰੋਨਾ ਵੀ ਸੋਚਦਾ ਹੋਊਗਾ ਕਿ ਮੈਂ ਮਹਾਮਾਰੀਆਂ ਕਿਹਾ ਪੰਜਾਬੀਆਂ ਦਾ ਤਿਉਹਾਰ। ਬੇਬੇ ਮੈਂ ਬਾਹਰ ਗੇੜਾ ਮਾਰਿਆ ਵਾਂ, ਘਰੇ ਬੈਠੇ ਬੈਠੇ ਅੱਕ ਗਏ। ਕੋਈ ਲੋੜ ਨਹੀਂ ਬਾਹਰ ਜਾਣ ਦੀ, ਘਰੇ ਬਹਿ ਕੇ ਪ੍ਰਾਹੁਣੇ ਦੀ ਸੇਵਾ ਕਰ ਲਾ, ਨਹੀਂ ਆਉਂਦਾ ਚੁੱਪ ਕਰਕੇ ਮੋਬਾਈਲ ਲੈ ਕੇ ਬਹਿ ਜਾ। ਦੇਖ ਲਓ ਜਿਹੜੇ ਮੋਬਾਈਲ ਨੂੰ ਮਾੜਾ ਕਹਿੰਦੇ ਸੀ, ਉਹੀ ਮੋਬਾਈਲ ਜਾਨ ਬਚਾ ਰਿਹਾ ਹੁਣ। ਇਹ ਬਹੁਤ ਭੈੜੀ ਬਿਮਾਰੀ ਹੈ, ਇਹਦਾ ਕੋਈ ਇਲਾਜ ਨਹੀਂ, ਕੱਲਾ ਘਰੇ ਬੈਠਣ ਦਾ ਹੀ ਹੱਲ ਹੈ ਇਹਦਾ।
ਸਹੀ ਗੱਲ ਆ ਬਾਪੂ, ਮਰੀਜ਼ਾਂ ਦੀ ਗਿਣਤੀ ਵਧੀਓ ਜਾ ਰਹੀ ਆ। ਆ ਨਵੇਂ ਸ਼ਹਿਰ ਕੋਲ ਤਾਂ ਕਹਿੰਦੇ ਇੱਕ ਪਿੰਡ ਸੀਲ ਵੀ ਕਰਤਾ, ਪਰ ਲੋਕ ਫਿਰ ਵੀ ਨਹੀਂ ਟਿਕਦੇ। ਜਸਵਿੰਦਰ ਕੁਰੇ, ਹਾਂਜੀ, ਚਾਹ ਬਣਾ ਦੇ ਕੇ ਨਾ ਫਿਰ ਕਰੜੀ ਜੀ ਡਾਂਗ ਵਰਗੀ। ਹਾਂਜੀ ਮੈਂ ਬਣਾਉਣੀ ਆ। ਮੈਂ ਤਾਂ ਜਾਣਾ ਬਾਹਰ ਨੂੰ। ਉਹ ਬਾਪੂ, ਉਹ ਤੂੰ ਨਾ ਬਾਹਰ ਜਾਈ। ਕਿਉਂ? ਉਹ ਕਹਿੰਦੇ ਬੁੜਿਆਂ ਨੂੰ ਤਾਂ ਇਹ ਬਾਲੀ ਛੇਤੀ ਚਿੰਬੜਦੀ ਆ। ਉਹ ਤੂੰ ਛਿੱਤਰ ਖਾਵੇਂਗਾ ਮੇਰੇ ਤੋਂ। ਮੈਂ ਕਿਤੇ ਹੁਣੇ ਬੁੜਾ ਹੋ ਗਿਆ। ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਤੂੰ ਰਿਹਾ ਓਏ। ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਦੇਖ ਲੋ। ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਦੇਖ ਲੋ। ਸੇਵਾ ਨੂੰ ਲੱਗ। ਚੰਗੀ ਤਰ੍ਹਾਂ ਕਰੋ ਯਾਰ ਪ੍ਰਾਹੁਣਾ, ਸਮਾਰ ਕੇ ਕਲੀਆਂ ਚਸ ਗਰਮੈਸ ਹੈ। ਹਾਂ ਸਮਾਰ ਕੇ ਸਮਾਰ ਕੇ, ਅੱਗ ਨਿਕਲਦੀ ਅੱਗ, ਅੱਗ ਕੱਢ ਦੋ ਅੱਗ। ਹਾਏ ਮੱਚ ਗਿਆ। ਮਸਾਲੇ ਘੱਟ ਪਾਇਆ ਕਰੋ। ਉਹਦੇ ਕਹਿੰਦੇ ਸੀ ਕੱਲ ਕੁਝ ਟਾਈਮ ਨਹੀਂ ਲੰਘਣਾ, 3-4 ਤਾਂ ਉਹੀ ਵੱਜ ਜਾਂਦੇ ਆ, ਧਾਰਾਂ ਦਾ ਵੀ ਟਾਈਮ ਹੋ ਗਿਆ। ਸਹੀ ਗੱਲ ਹੈ ਬੇਬੇ, ਦਿਨ ਜਾਂਦੇ ਦਾ ਤਾਂ ਪਤਾ ਹੀ ਨਹੀਂ ਲੱਗਦਾ। ਚੱਲ ਮੈਂ ਹੁਣ ਨੋਨੂ ਨੂੰ ਨਵਾ ਲੈਣੀ ਆ। ਭਾਬੀ ਤੂੰ ਜਾ ਕੇ ਆਰਾਮ ਕਰ ਲਾ ਝੱਟ, ਸਵੇਰ ਤੋਂ ਸ਼ਾਮ ਤੱਕ ਚੌਂਕਾ ਚੁੱਲ੍ਹਾ ਸਾਂਭਦੀ ਰਹਿੰਦੀ ਹੈ, ਝੱਟ ਅੱਖ ਲਾ ਲਾ। ਕੁੜੇ ਜੱਸੀ ਸਹੀ ਕਹਿੰਦੀ ਹੈ ਪੁੱਤ, ਧਾਰਾਂ ਮੈਂ ਆਪੇ ਕੱਢ ਲੂੰਗੀ। ਕਿੱਥੇ ਬੇਬੇ, ਤੈਥੋਂ ਤਾਂ ਬਹਿ ਕੇ ਉੱਠਿਆ ਹੀ ਨਹੀਂ ਜਾਂਦਾ ਹੈਗਾ। ਮੈਂ ਆਪੇ ਕੱਢ ਲੂੰ ਧਾਰਾਂ, ਤੂੰ ਆਰਾਮ ਕਰ ਲਾ। ਦੇਖਿਆ, ਦਿਨੇ ਪੈਗ ਲਾਉਣ ਦਾ ਸਾਲਾ ਸਵਾਦ ਹੀ ਵੱਖਰਾ। ਵਿੰਦਰਾ ਇੱਕ ਸੈਲਫੀ ਹੋ ਜਾਏ, ਫਿਰ ਸਾਲਾ ਪਤਾ ਜਿਹਾ ਨਹੀਂ ਲੱਗਦਾ। ਹਾਏ ਹਾਏ, ਉਹ 20 ਰੁਪਏ ਹੋ ਗਿਆ ਮੁਰਗਾ। ਫਿਰ ਮਰ ਜਾਓ, ਲਿਆਓ ਸੁੱਕੀ ਪਿਆਈ ਜਾਂਦੇ ਹੋ। ਨਾ ਭੁਜੀਆ, ਨਾ ਬਦਾਣਾ, ਨਾ ਸਲਾਦ, ਨਾ ਬਰਫ, ਨਾ ਮੱਸੀ। ਜੀਜਾ ਜੀ, ਇਹ ਕਹਿੰਦੇ ਜਿਹੜਾ ਕਰੋਨਾ ਆ ਨਾ, ਇਹ ਮੁਰਗਿਆਂ ਤੋਂ ਤਾਂ ਹੋਇਆ ਆ। ਸਾਰੇ ਉਈ ਜਬਲੀਆਂ ਮਾਰੀ ਜਾਂਦੇ ਨੇ। ਜਿਹੜਾ ਕਰੋਨਾ ਹੈ ਨਾ, ਇਹ ਨਾ ਚਮਗਿੱਦੜਾਂ ਦੇ ਸੂਪ ਤੋਂ ਤਿਆਰ ਹੋਇਆ। ਤੁਸੀਂ ਸਾਲਿਓ, 100 ਦਾ 5 ਕਿਲੋ ਏ, 100 ਦਾ 5 ਕਿਲੋ। ਤੁਸੀਂ ਮੇਰੇ ਕੋਲ ਆਇਓ, ਮੈਂ ਤੁਹਾਨੂੰ ਨਾ ਚਮਗਿੱਦੜਾਂ ਦਾ ਸੂਪ ਪਿਲਾਊਂਗਾ, ਚਮਗਿੱਦੜਾਂ ਦਾ। ਉਹ ਜੀ ਤਾਂ ਸਾਡੇ ਵੀ ਬਹੁਤ ਕਰਦਾ ਮੀਟ ਖਾਣ ਨੂੰ, ਪਰ ਕਰੋਨਾ। ਫਿਰ ਮਰ ਜਾਓ, ਕਿਧਰੇ ਨਹੀਂ ਹੁੰਦਾ ਕਰੋਨਾ। ਤੁਸੀਂ ਨਾ ਖਾਇਓ, ਮੈਂ ਖਾ ਲੂ। ਕਰੋਨੇ ਦੀ ਸਾਲੇ ਦੀ ਐਸੀ ਕੀ ਤੈਸੀ। ਉਹ ਇੱਕ ਗੱਲ ਹੋਰ ਵੀ ਆ ਜੀਜਾ ਜੀ, ਕਹਿੰਦੇ ਜਿਹੜੇ ਪੈਗ ਲਾਉਂਦੇ ਨੇ ਉਹਨਾਂ ਨੂੰ ਨਹੀਂ ਹੁੰਦਾ। ਸਹੀ ਗੱਲ ਹੈ, ਕਿਉਂਕਿ ਜਿਹੜਾ ਇਹ ਜ਼ਹਿਰ ਹੈ, ਜ਼ਹਿਰ ਨੂੰ ਜ਼ਹਿਰ ਮਾਰਦਾ ਹੈ। ਚਲੋ ਮੈਂ ਬਿੱਲੇ ਨੂੰ ਲਿਜਾ ਕੇ ਕਰਦਾ ਕੋਈ ਮੀਟ ਦਾ ਬਸਤੋਬੰਦ। ਚਲੋ ਠੀਕ ਆ, ਟਾਈਮ ਨਾਲ ਆ ਜਾਇਓ, ਤੇ ਅਸੀਂ ਹੁੰਨੇ ਆ ਤਰਾਰੇ ਚ। ਪੈਸੇ? ਪੈਸੇ ਉਹ ਅੰਦਰੋਂ ਬੇਬੇ ਤੋਂ ਲੈ ਜਾ, ਕਹਿਦੀ ਜਾ ਕੇ ਲੰਗਰ ਚ ਪਾਉਣੇ ਨੇ। ਉਹ ਚੱਲ, ਐਂ ਤਾਂ ਹੈਗਾ ਮੇਰੇ ਕੋਲ 100 ਰੁਪਈਆ, ਮੈਂ ਕਰ ਲੂੰ ਕੋਈ ਹਿੱਲਾ। ਹਾਂ ਠੀਕ ਆ, ਟਾਈਮ ਨਾਲ ਮੁੜ ਆਇਓ ਛੇਤੀ। ਆ ਬਿੱਲਿਆ, ਜਾਓ ਜਾਓ ਛੇਤੀ ਜਾਓ, ਛੇਤੀ ਆਇਓ। ਹਾਂ ਹੋ ਗਏ ਟਾਈਮ ਨਾਲ ਹੀ ਸ਼ੁਰੂ। ਸੌਰੀ ਆਇਆ, ਕੋਈ ਮਾਮੂਲੀ ਗੱਲ ਨਹੀਂ। ਪ੍ਰਾਹੁਣਾ ਪ੍ਰਾਹੁਣਾ ਇਸ ਘਰ ਦਾ, ਕਮਾਲ ਦੀਆਂ ਗੱਲਾਂ ਕਰਦੇ ਹੋ। ਆਹੋ, ਤੁਹਾਨੂੰ ਕਿਹੜਾ ਕੋਈ ਲੱਥੀ ਜਿਹੜੀ ਦੀ ਹੈਗੀ ਹੈ। ਮੈਂ ਤਾਂ ਬਸ ਕਹਿਤਾ। ਕੀ ਕਹਿਤਾ? ਜੱਟ ਵਰਗਾ ਬੰਦਾ ਪੂਰੀ ਦੁਨੀਆ ਤੇ ਨਹੀਂ। ਪਰ ਜੀਜਾ ਜੀ, ਇਹ ਮੈਨੂੰ ਨਾ ਬਹੁਤ ਵੱਡਾ ਵਹਿਮ ਆ। ਕਿਹੜਾ ਵਹਿਮ ਹੈ? ਜੀਜਾ, ਤੇਰੇ ਵਰਗੇ 50 ਤੁਰੇ ਫਿਰਦੇ ਆ ਯਾਰ। ਫਿਰਦੇ ਨੇ, ਮੈਨੂੰ ਪਤਾ, ਲੱਖਾਂ ਤੁਰੇ ਫਿਰਦੇ ਨੇ, ਪਰ ਮੇਰੇ ਵਰਗਾ ਦਿਲ ਦਾ ਸਾਫ਼ ਇੱਕ ਬੰਦਾ ਨਹੀਂ। ਯਾਰ ਜਿਹੜੀ ਚੀਜ਼ ਦੇਖੀ ਨੀ, ਉਹ ਤੇ ਕਾਹਦਾ ਯਕੀਨ ਕਰਨਾ। ਯਕੀਨ ਤਾਂ ਕਰਨਾ ਪੈਣਾ। ਕਿਉਂ? ਜੱਟ ਵਰਗਾ ਬੰਦਾ ਪੂਰੀ ਦੁਨੀਆ ਤੇ ਨਹੀਂ। ਬਲਜੀਤ, ਆਪਾਂ ਬਾਹਰ ਪੈਗ ਨੀ ਲਾਉਂਦੇ, ਬਾਹਰ ਰਿਸ਼ਕ ਹੈ। ਸਹੀ ਗੱਲ ਆ, ਆਇਆ ਅੰਦਰ ਹੀ ਆ ਜਾ। ਚੱਲ ਆਪਾਂ ਅੰਦਰ ਚੱਲ ਕੇ ਲਾਉਂਦੇ ਆ। ਆਓ ਜੀਜਾ, ਕੁੰਡਾ ਲਾ ਦੀਏ। ਉਹ ਕਿਉਂ ਡਰਨਾ, ਪ੍ਰਾਹੁਣੇ ਤਰਾਉਣੇ ਨੂੰ ਨਹੀਂ ਕਹਿੰਦੇ ਕੁਛ ਪੁਲਿਸ। ਹੁਣ ਠੀਕ ਹੈ, ਆ ਜਾ ਆ ਜਾ।
ਹੁਣ ਠੀਕ ਆ। ਹਾਕਮ ਯਾਰ, ਨਾ ਤਾਂ ਬਿਮਾਰੀ ਕੰਟਰੋਲ ਹੁੰਦੀ ਆ ਤੇ ਨਾ ਲੋਕ ਡਿੱਗਦੇ ਨੇ। ਹਾਂਜੀ ਜਨਾਬ, ਹਾਂਜੀ। ਆ ਦੋ ਹੋਰ ਤੁਰੇ ਆਉਂਦੇ ਆ ਜੀ ਇਧਰੋਂ। ਰੋਕ ਇਹਨਾਂ ਨੂੰ, ਕਿਹੜੇ ਆ ਕੇ ਪੁੱਛ ਇਹਨਾਂ ਨੂੰ। ਕਿੱਧਰ ਬੁੱਥਾ ਚੱਕਿਆ? ਆ ਲੰਗਰ 'ਚ ਪੈਸੇ ਪਾਉਣ ਚੱਲੇ ਸੀਗੇ ਜੀ। ਲੰਗਰ ਤੁਹਾਡੇ ਬੁੜੇ ਦਾ ਲਾਇਆ ਹੋਇਆ? ਗਲਤੀ ਹੋ ਗਈ ਜਨਾਬ। ਤੁਹਾਨੂੰ ਪਤਾ ਨਹੀਂ ਕਰਪੂ ਲੱਗਿਆ ਹੋਇਆ? ਹਾਂਜੀ ਪਤਾ। ਨਾ ਫਿਰ ਇਹ ਦੇਖਣਾ ਹੈ ਕਿ ਪੁਲਿਸ ਕਿਵੇਂ ਕੁੱਟਦੀ ਹੈ। ਹਾਂਜੀ। ਅੱਛਾ ਕਾਕਾ, ਪੁਲਿਸ ਨਾ ਟੀਚਰਾਂ, ਕੰਨ ਫੜੋ, ਕਰੋ ਨਾ ਗੇ ਡਾਸ ਕਰੋ, ਚੱਕਦੇ ਆ ਮੂੰਹ ਸਾਲੇ ਤੁਰੇ ਫਿਰਦੇ ਆ। ਨਾਗਣ ਨਾਲ ਤਰਾ ਓਏ, ਚਲੋ ਨਾਗਣ ਨਾਗਣ ਬਣੋ ਇਹਨਾਂ ਦੀ। ਹਾਏ ਹਾਏ ਨਾ, ਤੁਸੀਂ ਬਾਹਰ ਜੰਮਦਿਆਂ ਨੂੰ ਰੋਣ ਗਏ ਸੀ? ਮੈਨੂੰ ਲੱਗਦਾ ਬਰਾਬਰ ਪਈਆਂ ਨੇ। ਤੁਹਾਨੂੰ ਕਿੰਨੀ ਵਾਰੀ ਕਿਹਾ ਭਲੇ ਮਨ ਤੋਂ ਬਾਹਰ ਨਾ ਜਾਓ ਨਾ ਜਾਓ, ਤੁਸੀਂ ਕਿ ਬਾਹਰ ਟਿੰਡੀਆਂ ਰਹਿਣ ਜਾਂਦੇ ਹੋ, ਹੁਣ ਸਾਰੇ ਕਰਦੇ ਆ। ਜੀਜਾ, ਆਪਣੀ ਇਹ ਗੱਲ ਯਾਰ ਕਿੱਥੇ ਮੰਨਦੇ ਨੇ? ਜੇ ਨਹੀਂ ਮੰਨਦੇ ਤਾਂ ਹੀ ਦੁੱਖ ਭੋਗ ਰਹੇ ਨੇ। ਬਿਲਕੁਲ ਜੀਜਾ ਜੀ, ਤੁਸੀਂ ਉਹ ਮੀਟ ਮੰਗਵਾਇਆ ਸੀ। ਹਾਂ ਵੀ ਚੁੱਪ ਕਰ, ਆਏ ਮਾਰਤਾ ਪ੍ਰਾਹੁਣੇ ਨੂੰ ਬਦਨਾਮ ਕਰਦੇ ਹੋ। ਉਹ ਕਰ ਲੈਣ ਦੇ ਬੇਬੇ, ਪ੍ਰਾਹੁਣੇ ਦੇ ਕਿਹੜਾ ਸਟਾਰ ਲੈਂਦੇ ਨੇ। ਪਰ ਇੱਕ ਗੱਲ ਹੈ ਬਿੰਦਰਾ, ਨਾਕ ਡਾਂਸ ਬੜਾ ਕਮਾਲ ਦਾ ਕਰਦਾ, ਬੜਾ ਵਧੀਆ ਲੱਗਦਾ ਜਦੋਂ ਐ ਮੇਲਦੇ ਤੈਨੂੰ ਵਖਣ। ਹਾਏ ਲੈ ਜੀਜਾ, ਮੈਂ ਇਹਨਾਂ ਨਾਲ ਨਾਰਾਜ਼ ਹਾਂ। ਕਿਹੜੀ ਗੱਲੋਂ? ਜੀਜਾ ਯਾਰ, ਇਹਨਾਂ ਨੇ ਮੇਰੇ ਵਿਆਹ 'ਚ ਤਾਂ ਨਾਗਣ ਡਾਂਸ ਕੀਤਾ ਹੀ ਨਹੀਂ। ਕੋਈ ਨਾ, ਆਪਾਂ ਇਹਨਾਂ ਦੇ ਵਿਆਹ 'ਚ ਨਹੀਂ ਕਰਦੇ। ਬਿਲਕੁਲ। ਓਏ ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਸਾਨੂੰ ਤਾਂ ਪਤਾ ਲੱਗ ਗਿਆ, ਤੁਹਾਡੇ ਵਾਲੀ ਵੀਡੀਓ ਨੇ ਵਟਸਐਪ ਤੇ ਨੇਰੀਆਂ ਲਿਆ ਰੱਖੀਆਂ ਨੇ, ਨੇਰੀਆਂ ਆ ਮੈਨੂੰ ਹੁਣੀ ਹੁਣੀ ਭੇਜੀਆਂ ਨਰੈਣ ਨੇ। ਆ ਦੇਖ ਨਾ, ਜਵਾਕਾਂ ਦੇ ਮਾਰ ਮਾਰ ਕੇ ਲਾਛਾਂ ਪਾਈਆਂ ਪਈਆਂ, ਤੁਹਾਨੂੰ ਮਜ਼ਾਕ ਸੋਝਦਾ? ਤੂੰ ਕਾਹਤੋਂ ਗੁੱਸੇ ਹੁੰਨੀ ਐ ਜਸਵਿੰਦਰ ਕੁਰੇ? ਉਈ ਨੀ ਮੇਰੀ ਡੱਡ ਗੁੱਸੇ ਹੋਈਂਦਾ, ਗੁੱਸੇ ਨੀ ਹੋਈਂਦਾ ਡੱਡੀ। ਮਨਦੀਪ ਪੁੱਤ, ਇੱਕ ਕਿੱਟ ਹੋਰ ਸੜਦੇ ਚੁੱਲ੍ਹੇ ਚ। ਕਿਉਂ ਬੇਬੇ? ਤੇਰਾ ਪਿਓ ਵੀ ਤਾਸ਼ ਖੇਡਣ ਗਿਆ ਹੋਇਆ। ਆਏ ਆਏ ਮਰ ਗਿਆ ਓਏ, ਆਏ ਮਰ ਗਿਆ ਓਏ, ਮੈਂ ਕਿਹਾ ਪੱਟਾ ਇਹਨਾਂ ਦਾ ਹੈ। ਨਾ ਤੂੰ ਵੀ ਲੈ ਲਈ ਨੰਬਰਦਾਰੀ ਹੁਣ। ਓਏ ਉਹ ਤਾਂ ਜਿਹੜਾ ਵੀ ਬਾਹਰ ਨਿਕਲਦਾ ਸਾਰਿਆਂ ਨੂੰ ਨੰਬਰਦਾਰੀ ਦੇ ਕੇ ਤੋਰਦੇ ਨੇ। ਭੈਣੇ, ਬਾਪੂ ਦਾ ਮੰਜਾ ਵੀ ਇੱਥੇ ਹੀ ਡਾ ਦੋ, ਮੈਨੂੰ ਲੱਗਦਾ ਬਾਪੂ ਦਾ ਵੀ ਇੰਜਣ ਕਰਦਾ। ਓ ਜੀਜਾ ਛੱਡ ਯਾਰ ਤੂੰ ਇਹਨਾਂ ਗੱਲਾਂ ਨੂੰ, ਇਹਨਾਂ ਦੀਆਂ ਫਾਲਤੂ ਗੱਲਾਂ ਨੇ ਨਾ ਮੇਰੀ ਸਾਰੀ ਉਤਾਰਤੀ। ਆਪਾਂ ਕੋਠੇ ਤੇ ਜਾ ਕੇ ਪੈਗ ਲਾਉਣੇ ਆ। ਇਹਨਾਂ ਨੂੰ ਪੈਗ ਦੀ ਪਈ ਆ। ਇੱਕ ਗੱਲ ਸੁਣ ਲੈ ਮਾੜਿਆ ਟੱਬਰਾ, ਜਦੋਂ ਪ੍ਰਾਹੁਣਾ ਘਰੇ ਆਇਆ ਹੋਵੇ ਨਾ, ਉਹਦੀ ਦਾਰੂ ਲਾਹੀ ਦੀ ਨੀ, ਉਹਨੂੰ ਪਿਆਈਂਦੀ ਹੈ, ਸਮਝ ਗਿਆ ਨਾ? ਆਹ ਦੇਖ ਮੇਰਾ ਨਾਂ ਲੈਂਦਾ ਸੀ ਇਹ ਨਾ, ਹੌਲਦਾਰ ਦਾ ਮਾਰਿਆ ਹੋਇਆ ਡੰਡਾ ਮੈਨੂੰ। ਆਜੋ ਜੀਜਾ ਜੀ, ਜਦ ਪਹਿਲਾਂ ਲੌਕਡਾਊਨ ਚ ਘਰੇ ਵਿੱਚ ਤਾਂ ਨਹੀਂ ਬੈਠਿਆ ਜਾਂਦਾ, ਮਾਰਾ ਟੱਬਰ ਸੂਮ ਲੋਕ। ਆਏ ਆਏ ਓਏ ਸਰਜੀਤ ਕੌਰੇ, ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਇਹ ਪਿੰਡ ਵਾਲਿਆਂ 'ਚ ਤਾਂ ਬਾਲਾ ਟੈਲੈਂਟ ਭਰਿਆ ਪਿਆ, ਇਹ ਤਾਂ ਓਲੰਪਿਕ ਵਾਲਿਆਂ ਨੂੰ ਵੀ ਮਾਤ ਪਾਉਂਦੇ ਨੇ। ਉਹ ਕਿਵੇਂ? ਇਹ ਤਾਂ ਪੁਲਿਸ ਵਾਲਿਆਂ ਮੂਹਰੇ ਬੁਲਾਈ ਭਾਜਦੇ ਆ, ਓਲੰਪਿਕ ਵਾਲਿਆਂ ਵਾਂਗੂ ਡਾਹ ਨਹੀਂ ਦਿੰਦੇ। ਉਹ ਮੈਨੂੰ ਤਾਂ ਅੱਜ ਪਤਾ ਲੱਗਿਆ, ਤਾਂ ਹੀ ਤਾਂ ਮੈਂ ਛੇਤੀ ਦੇਣੇ ਘਰੇ ਆ ਗਿਆ। ਨਾ ਤੈਨੂੰ ਹੁਣ ਮਜ਼ਾਕ ਸੁਝਦੇ ਆ, ਸਾਰੇ ਪਿੰਡ 'ਚ ਬਦਨਾਮੀ ਹੋ ਗਈ ਹੈ ਵੀ ਮੱਘਰ ਮਰੋੜਿਆਂ ਵਾਲੇ ਨੂੰ ਡੰਡਿਆਂ ਨਾਲ ਕੁੱਟਿਆ ਪੁਲਿਸ ਨੇ। ਉਹ ਪਰਵਾਹ ਨਾ ਕਰ, ਜਿੰਨੇ ਤਾਸ਼ ਖੇਡਦੇ ਸੀ ਸਾਰੇ ਕੁੱਟੇ ਆ, ਉਹ ਮੇਰੇ ਤਾਂ ਘੱਟ ਪਈਆਂ। ਨਰੈਣੇ ਸਕੂਟਰਾਂ ਵਾਲੇ ਤਾਂ ਬਾਲੇ ਕਸੂਤੇ ਥਾਂ ਤੇ ਲਾਈਆਂ, ਉਹਦੇ ਤਾਂ ਕੋਈ ਸੇਕ ਵੀ ਨਹੀਂ ਦੇ ਸਕਦਾ। ਐ ਕਰ, ਪ੍ਰਾਹੁਣੇ ਤੋਣਾ ਗਲਾਸੀ 'ਚ ਪਵਾ ਕੇ ਲਿਆ ਦੇ ਭੋਰਾ, ਨਹੀਂ ਤਾਂ ਚੀਸਾਂ ਨੇ ਸੌਣ ਨਹੀਂ ਦੇਣਾ। ਚੋਰੇ ਨੇ ਜਮਾ ਸ਼ਰਮ ਘੋਲ ਕੇ ਖਾ ਰੱਖੀ ਹੈ। ਆਇਆ ਪੁੱਤ, ਮਿੱਟੀ 'ਚ ਨਹੀਂ ਖੇਡੀਦਾ, ਆਇਆ ਅੰਦਰ ਚੱਲੀਏ, ਆ ਤੈਨੂੰ ਦੁੱਧ ਪਿਆਵਾਂ।
ਨੀ ਸੁਰਜੀਤ ਕੁਰੇ ਨੀ ਆਪਾਂ ਤਾਂ ਘਰੇ ਬੈਠੀਆਂ ਆਫਰ ਗਈਆਂ ਤੀ ਨੀ ਆਪਾਂ ਆਪਸ ਚ ਗੱਲ ਨਾ ਕਰੀਏ ਨੀ ਢਿੱਡ ਚ ਗੋਲਾ ਬਣ ਜਾਂਦਾ ਨੀ ਸਹੀ ਗੱਲ ਹੈ ਨੀ ਭੈਣੇ ਨੀ ਆਪਣੇ ਵਰਗੀਆਂ ਲੱਖਾਂ ਤਾਂ ਘਰਾਂ ਚ ਬੈਠੀਆਂ ਬੈਠੀਆਂ ਮਰ ਜਾਣੀਆਂ ਨੇ ਨੀ ਗੱਲ ਤਾਂ ਤੇਰੀ ਸਹੀ ਹੈ ਨੀ ਨੇਰੇ ਸਵੇਰੇ ਗੱਲ ਕਰ ਲਿਆ ਕਰ ਨੀ ਮੇਰੇ ਨਾਲ ਹੋਰ ਕੀ ਆਪਸ ਚ ਗੱਲਬਾਤ ਹੁੰਦੀ ਰਹਿੰਦੀ ਹੈ ਤਾਂ ਚੰਗਾ ਰਹਿੰਦਾ ਨੀ ਮੇਰਾ ਤਾਂ ਢਿੱਡ ਬਾਲਾ ਹੀ ਹੌਲਾ ਹੋ ਜਾਂਦਾ ਨੀ ਮਲਕੀਤੋ ਤੈਨੂੰ ਈਸਰ ਮਰੋੜੇ ਕਿਆਂ ਦਾ ਪਤਾ ਲੱਗਿਆ ਉਹਦੇ ਦੋਹਾਂ ਮੁੰਡਿਆਂ ਨੂੰ ਪੁਲਿਸ ਨੇ ਕੁੱਟਿਆ ਨਾਲੇ ਈਸਰ ਨੂੰ ਕੁੱਟਿਆ ਆ ਤਾਸ਼ ਖੇਡਦੇ ਸੀ ਲਹਿ ਵੀ ਮਰ ਜਾਣੇ ਹੋ ਤਾਸ਼ ਖੇਡਣੀ ਹੈ ਤਾਂ ਘਰੇ ਬਹਿ ਕੇ ਮਰ ਲੋ ਨਾ ਤੁਹਾਨੂੰ ਪਤਾ ਨੀ ਵੀ ਬਾਹਰ ਸਰਕਾਰ ਨੇ ਕਰਫਿਊ ਲਾ ਰੱਖਿਆ ਨਾ ਬਾਹਰ ਕੇ ਆਪਣੀ ਮਾਂ ਦੇ ਫੇਰੇ ਲੈਣ ਗਏ ਸੀ ਨੀ ਸਹੀ ਗੱਲ ਹੈ ਨੀ ਤੈਨੂੰ ਆ ਸਿੰਦੇ ਦੀ ਬਹੂ ਦਾ ਪਤਾ ਲੱਗਿਆ ਨਾ ਕੀ ਉਹ ਪੇਕੇ ਬਾਗੀ 3 ਮਹੀਨੇ ਹੋ ਗਏ ਮੁੜੀ ਨੀ ਲੈ ਕਹਿੰਦੇ ਮੁੰਡੇ ਚ ਨੁਕਸ ਹੈ ਨਿਬੜ ਨਬੜਾ ਹੋ ਨੀ ਲੈ ਹੋਰ ਨੀ ਤੈਨੂੰ ਨੀ ਪਤਾ ਚਿੱਟਾ ਖਾਂਦਾ ਤੀ ਲੈ ਹੋਰ ਨਾਲੇ ਕਹਿੰਦੇ ਨੇ ਕਿ ਨਸ਼ੇ ਨਾਲ ਬੰਦਾ ਨਾ ਮਰਦ ਹੋ ਜਾਂਦਾ ਬੂ ਲਾਹੌਰ ਇਹ ਜਿੰਦੇ ਕੇ ਵੀ ਫਿਰ ਆਹੀ ਗੱਲ ਹੋਣੀ ਉਹਨਾਂ ਦੇ ਵੀ ਮੁੰਡੇ ਚ ਨੁਕਸ ਹੈ ਕੁੜੀ ਕਹਾਂ ਵਿਆਹ ਤੀ ਲੈ ਗੱਲ ਸੁਣਨੀ ਮੇਰੀ ਗੱਲ ਕਿਤੇ ਹੋਰ ਨਾ ਦੱਸੀ ਨੀ ਉਹ ਹੈ ਨੀ ਆਪਣਾ ਜੈਲਾ ਵੱਡ ਖੈਣਿਆਂ ਦਾ ਚੌੜੇ ਜੇ ਨਕਲ ਆਹੋ ਨੀ ਉਹਨੇ ਨਾ ਕੱਲ ਖੇਤ ਸਿਰੀ ਦੀ ਜਨਾਨੀ ਨੂੰ ਹੱਥ ਪਾ ਲਿਆ ਸਿਰੀ ਨੂੰ ਲੱਗ ਗਿਆ ਪਤਾ ਸਿਰੀ ਨੇ ਤਾਂ ਕੁੱਟਤਾ ਉੱਥੇ ਲਾਹੌਰ ਕੀ ਨਾਲੇ ਵਿਹੜੇ ਵਾਲਿਆਂ ਨੇ ਦਹਿ ਤੇਰੇ ਦੀ ਲੈ ਤੇਰੇ ਦੀ ਚੰਗਾ ਕੀਤਾ ਆ ਗਾਹਾਂ 4 ਜਣਿਆਂ ਨੂੰ ਹੋਰ ਕੰਨ ਹੋਣਗੇ ਨੀ ਗੱਲ ਸੁਣ ਆ ਤੈਨੂੰ ਉਹ ਬਚਨੇ ਬੁੱਢੇ ਦਾ ਪਤਾ ਨੀ ਆਹੋ ਤੂੰ ਦੱਸਿਆ ਤਾਂ ਤੀ ਨੀਨੂ ਨਾਲ ਮਾੜੀ ਆਹੋ ਇੱਥੇ ਬੈਠੀਆਂ ਕੀ ਕਰਦੀਆਂ ਘਰੇ ਨੀ ਬੈਠੇ ਕੋਲੇ ਗੱਲ ਨਾ ਕਰੀ ਨੀ ਕਿਹੜੀ ਗੱਲ ਪੁਲਿਸ ਵਾਲੀ ਹਾਏ ਹਾਏ ਤੂੰ ਵੀ ਨਾ ਕਰੀ ਨੀ ਮਾਰਤੀ ਬੇ ਆਪਣਾ ਘਰ ਨਾ ਮੈਨੂੰ ਯਾਰ ਬਿੱਗ ਬੌਸ ਵਾਂਗੂ ਲੱਗਣ ਲੱਗ ਗਿਆ ਹੁਣ ਤਾਂ ਬਸ 3 ਹੀ ਕੰਮ ਰਹਿ ਗਏ ਕਿਹੜੇ ਖਾ ਲਿਆ ਸੋਲੇ ਇੱਕ ਆਪਣੇ ਪ੍ਰਾਹੁਣੇ ਦੀ ਸੇਵਾ ਬਈ ਸੇਵਾ ਤੋਂ ਜ਼ਿਆਦਾ ਆ ਬਾਹਰ ਦੇਖੋ ਮੌਸਮ ਕਿੰਨਾ ਘੈਂਟ ਹੈ ਆਏ ਹਾਏ ਹਾਏ ਓਏ ਮੀਂਹ ਪਊ ਮੈਨੂੰ ਲੱਗਦਾ ਬੱਦਲ ਲਿਸ਼ਕ ਰਹੇ ਨੇ ਨੀ ਬੇਬੇ ਹੋ ਆਪਾਂ ਪਕੌੜੇ ਨਾ ਬਣਾ ਲਈਏ ਫਿਰ ਅੱਜ ਲੈ ਮੇਰਾ ਜਵਾਈ ਹੁਕਮ ਕਰੇ ਤੇ ਮੈਂ ਗੱਲ ਨਾ ਸੁਣਾ ਪਕੌੜਿਆਂ ਦੀ ਕੀ ਗੱਲ ਆ ਪੁੱਤ ਮੈਂ ਹੁਣ ਬਣਾ ਦਿੰਨੀ ਆ ਤੇਰੇ ਵਾਸਤੇ ਲੈ ਚਾਹ ਪੀ ਲੋ ਓ ਰਹਿਣ ਦੇ ਭਾਈ ਆ ਮੌਸਮ ਸਾਲਾ ਚਾਹ ਪੀਣ ਵਾਲਾ ਚੱਲ ਆ ਜਾ ਕੁੜੇ ਇਹਨਾਂ ਨੂੰ ਮਾਰਨ ਦੇ ਗੱਲਾਂ ਆਪਾਂ ਪਕੌੜਿਆਂ ਦੀ ਤਿਆਰੀ ਕਰੀਏ ਬੇਬੇ ਵਿੱਚ ਥੋੜਾ ਜਿਹਾ ਸੁੱਖਾ ਪਾ ਲਈ ਆਹੋ ਲਿਆਉਣੀ ਆ ਤੇਰੇ ਵਾਸਤੇ ਪਾ ਕੇ ਸੁੱਖਾ ਓਏ ਸੁਕੜੂਆ ਜ਼ਿਆਦਾ ਬਕਵਾਸ ਨਾ ਮਾਰ ਅੱਜ ਤੜਕੇ ਦਾ ਮੈਂ ਰੁੱਸਿਆ ਨਹੀਂ ਮੈਂ ਰੁੱਸ ਜੂ ਹੁਣ ਨੀ ਜੀ ਤੂੰ ਰੁੱਸ ਸਕਦਾ ਕਿਉਂ ਲੋਕਡਾਊਨ ਲੱਗਾ ਲੋਕਡਾਊਨ ਨਾ ਰੁੱਸ ਕੇ ਜਾਏਗਾ ਕਿੱਥੇ ਆ ਗੱਲ ਸੁਣ ਜਸਵਿੰਦਰ ਕੋਰੇ ਹਾਂ ਆ ਨੋਨੂ ਨੂੰ ਲੈ ਜਾ ਪਿਆਰੀ ਕਰ ਦੇ ਆ ਜਾ ਨੋਨੂ ਪੁੱਤ ਆ ਜਾ ਆ ਚੱਲੀਏ ਚਲੋ ਵੀ ਚਲੋ ਚਲੋ ਲਓ ਚੱਕੋ ਏ ਚੱਕ ਚੱਕ ਬਈ ਬਾਪੂ ਲੋਕ ਦੀਵੇ ਕਿਉਂ ਲਾ ਰਹੇ ਨੇ ਓਏ ਆਪਣੇ ਪ੍ਰਧਾਨ ਮੰਤਰੀ ਨੇ ਪਹਿਲਾਂ ਗਧਿਆਂ ਦੀ ਗਿਣਤੀ ਕੀਤੀ ਸੀ ਤੇ ਹੁਣ ਉਹ ਉੱਲੂਆਂ ਦੀ ਗਿਣਤੀ ਕਰ ਰਿਹਾ ਹੈ ਫਿਰ ਆਪਾਂ ਵੀ ਲਾਵਾਂਗੇ ਤੁਹਾਨੂੰ ਲਾਉਣ ਦੀ ਕੀ ਲੋੜ ਹੈ ਕਿਉਂ ਉਹ ਤੁਸੀਂ ਤਾਂ ਪਹਿਲਾਂ ਹੀ ਉੱਲੂ ਹੋ ਗੱਲ ਸੁਣ ਬਾਪੂ ਮੈਂ ਤੈਨੂੰ ਇੱਕ ਗੱਲ ਦੱਸਦਾ ਪ੍ਰਧਾਨ ਮੰਤਰੀ ਨੇ ਨਾ ਇਸ ਕਰਕੇ ਕਿਹਾ ਵੀ ਪਹਿਲੀ ਦੀਵਾਲੀ ਮਨਾ ਲਓ ਫੇਰ ਪਤਾ ਨੀ ਦੇਖੋਗੇ ਪਤਾ ਨੀ ਨਹੀਂ ਨਾਲੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਬਈ ਭਗਤ ਆਪਣੇ ਘਰ ਜ਼ਰੂਰ ਫੁੱਕਣਗੇ ਉਹ ਤੁਸੀਂ ਟਿੱਕ ਕੇ ਘਰੇ ਬਹਿ ਜਾਓ ਸਰਕਾਰਾਂ ਤੋਂ ਕੋਈ ਆਸ ਨਾ ਰੱਖੋ ਨਹੀਂ ਬਾਪੂ ਸਰਕਾਰਾਂ ਨੇ ਤਾਂ ਖਜ਼ਾਨੇ ਦੇ ਮੂੰਹ ਖੋਲਤੇ ਉਹ ਕਿਵੇਂ ਕਹਿੰਦੇ ਵਿੱਚ ਪਾਈ ਜਾਓ ਮੰਗੋ ਨਾ ਬਾਈ ਤੁਸੀਂ ਇੱਕ ਗੱਲ ਦੇਖ ਲਓ ਆਪਣਾ ਜਿਹੜਾ ਭਾਰਤ ਆ ਨਾ ਮੂਰਖਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਆ ਰਿਹਾ ਕਿਉਂ ਉਹ ਤੁਸੀਂ ਤਾਂ ਮੂਰਖਾਂ ਦੀ ਗਿਣਤੀ 'ਚ ਪਹਿਲੇ ਹੀ ਪਹਿਲੇ ਨੰਬਰ 'ਤੇ ਹੋ ਉਹ
ਗੱਲ ਸੁਣ ਲੈ ਪ੍ਰਾਹੁਣਿਆ। ਹਾਂ ਬਾਪੂ। ਬਾਲੇ ਦੰਦ ਨਹੀਂ ਕੱਢੀ ਦੇ ਹੁੰਦੇ। ਉਹ ਚਲੋ ਛੱਡੋ ਜੀ ਜੀਜਾ ਇਹਨਾਂ ਗੱਲਾਂ ਨੂੰ, ਘਰੇ ਬੈਠੇ ਬੈਠੇ ਬੋਰ ਹੋ ਗਏ। ਆ ਕਿੰਨੇ ਕੁ ਦਿਨ ਤਾਂਸ ਖੇਡ ਕੇ ਆਪਾਂ ਦਿਨ ਲੰਘਾਵਾਂਗੇ। ਬਾਰੇ ਆਪਾਂ ਚੌਂਕ 'ਚ ਗੇੜਾ ਕੱਢ ਕੇ ਆਉਣੇ ਆ, ਕਹਿੰਦੇ ਫ੍ਰੀ ਮਸਾਜ ਹੁੰਦੀ ਆ। ਮੇਰਾ ਤਾਂ ਇੰਨਾ ਜੀ ਲੱਗਿਆ ਹੋਇਆ, ਜੇ ਤੁਹਾਡੇ ਖੁਰਕ ਹੁੰਦੀ ਹੈ ਤੁਸੀਂ ਵਗ ਦਿਓ। ਉਹ ਜੀਜਾ ਕੀ ਹੋ ਗਿਆ, ਤੂੰ ਵਿਚਾਲੀ ਬਾਜੀ ਕਾਹਤੋਂ ਖਰਾਬ ਕਰਤੀ? ਪਕੌੜੇ ਤਾਂ ਬਣ ਗਏ, ਹੁਣ ਪਕੌੜੇ ਖਾਣ ਜੋਕਰਾ ਵੀ ਕਰੋ। ਉਹ ਕੋਈ ਨਾ ਜੀਜਾ, ਤੂੰ ਫਿਕਰ ਨਾ ਕਰ, ਤੇਰਾ ਤਾਂ ਕੋਈ ਨਾ ਕੋਈ ਜੁਗਾੜ ਕਰਾਂਗੇ ਹੀ ਅਸੀਂ। ਲਿਆਓ ਫਿਰ। ਚਲੋ ਯਾਰ ਛੱਡੋ ਤਾਂਸ ਨੂੰ, ਚੱਲੀਏ ਘਰ ਵੀ ਇਕੱਠੀ। ਜੱਟ ਦੇ ਟਿਕਾਣੇ ਵੱਲੀਏ, ਨੀ ਰੱਬ ਵੀ ਨਾ ਜਾਣੇ ਵੱਲੀਏ। ਉਹ ਜੀਜਾ ਪੂਰੀ ਦੁਨੀਆਂ ਨੂੰ ਪਤਾ ਵੀ ਤੂੰ ਘਰੇ ਹੀ ਆ। ਬਾਈ ਮੌਸਮ ਬੜਾ ਸਾਫ਼ ਹੋ ਗਿਆ, ਉਹ ਸੱਚ ਹਾਂ, ਕਹਿੰਦੇ ਜਲੰਧਰ ਤੋਂ ਪਹਾੜ ਦਿਸਣ ਲੱਗ ਗਏ। ਬਾਈ ਕਮਾਲ ਹੈ ਦਾਤੇ ਦੀ ਕੁਦਰਤ ਦੇ। ਹੱਥ ਮਨੂ ਹੈ ਹੇ ਸੱਚਿਆ ਪਾਤਸ਼ਾਹ, ਹੇ ਮੇਰਿਆ ਮਾਲਕਾ, ਹੇ ਮੇਰਿਆ ਮਾਲਕਾ, ਧੰਨਾ ਸੱਚਿਆ ਪਾਤਸ਼ਾਹ ਜੀਜਾ। ਵਾਹ 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 ਵਾਹ, ਉਧਰ ਦੇਖੋ ਸ੍ਰੀ ਅੰਮ੍ਰਿਤਸਰ ਤੋਂ ਬਾਬਾ ਟੱਲ ਦੇ ਦਰਸ਼ਨ ਹੋ ਗਏ। ਓਏ ਓਏ ਜੀਜਾ, ਓਏ ਤਾਂ ਆਪਣੇ ਪਿੰਡ ਵਾਲੀ ਟੈਂਕੀ ਆ। ਮੈਨੂੰ ਪਤਾ ਹੈ ਇੰਨਾ ਵੀ ਮੌਸਮ ਸਾਫ਼ ਨਹੀਂ ਹੋਇਆ, ਮੈਂ ਤਾਂ ਤੁਹਾਨੂੰ ਦੇਖ ਰਿਹਾ ਸੀ। ਬਈ ਮੁੰਡਿਓ, ਅੱਜ ਮੈਨੂੰ ਦੇਸੀ ਮੁਰਗਾ ਚਾਹੀਦਾ, ਉਹ ਵੀ ਕਾਲੇ ਰੰਗ ਦਾ। ਜੀਜਾ ਸਾਡੇ ਤਾਂ ਹੱਥ ਖੜੇ ਨੇ। ਗੱਲ ਆ ਜੀਜਾ, ਧਰਮ ਨਾਲ ਜੀ ਤਾਂ ਸਾਡਾ ਵੀ ਬਾਲਾ ਕਰਦਾ ਮੁਰਗਾ ਖਾਣ ਨੂੰ। ਬਾਈ ਪੁਲਿਸ ਵਾਲੇ ਸੈਨੇਟਾਈਜ਼ਰ ਲਾ ਕੇ ਡੰਡੇ ਮਾਰਦੇ ਨੇ। ਕੁਛ ਵੀ ਹੈ, ਮੈਨੂੰ ਅੱਜ ਦੇਸੀ ਮੁਰਗਾ ਚਾਹੀਦਾ, ਨਹੀਂ ਫਿਰ ਮੈਂ ਪ੍ਰਾਹੁਣੇ ਵਾਲੀ ਔਕਾਤ ਦਿਖਾ ਦੂੰਗਾ। ਚੱਲ ਠੀਕ ਆ ਜੀਜਾ, ਜੇ ਤੂੰ ਬਾਲੀਓ ਜਿੱਦ ਕਰਦਾ ਤਾਂ ਪੂਰੀ ਦੁਨੀਆ ਦੇ ਉੱਤੇ ਸਿਰਫ ਇੱਕੋ ਇੱਕ ਬੰਦਾ ਜੋ ਮੁਰਗੇ ਦਾ ਹੱਲ ਕਰ ਸਕਦਾ। ਕੌਣ ਹੈ ਉਹ? ਉਹ ਹੈ ਬਾਹਮਣਾ ਦਾ ਦਲਵੀਰ। ਕਿੱਥੇ ਆ ਉਹ? ਜੀਜਾ ਘਰੇ ਹੀ ਹੋਊਗਾ, ਹੋਰ ਉਹਨੇ ਕਿੱਥੇ ਜਾਣਾ? ਚਲੋ ਸਾਰੇ ਆਪਾਂ ਉਹਦੇ ਘਰੇ ਹੀ ਚੱਲਦੇ ਹਾਂ। ਨਾ ਬਾਈ ਅਸੀਂ ਨਹੀਂ ਜਾਂਦੇ, ਸਾਥੋਂ ਨਹੀਂ ਨਾ ਗੰਡਾ ਸੁਣਦਾ। ਚੱਲ ਆਪਾਂ ਦੋਨੇ ਚੱਲਦੇ ਹਾਂ। ਜੱਟ ਵਰਗਾ ਬੰਦਾ ਪੂਰੀ ਦੁਨੀਆ ਤੇ ਨਹੀਂ ਹੈਗਾ। ਚੱਲ ਚਲੋ ਜੀਜਾ। ਹੈਂ, ਅੱਜ ਲੱਗਦਾ ਇਹਨਾਂ ਦਾ ਵੀ ਇੰਜਣ ਹੋਊਗਾ। ਅੱਜ ਕੋਈ ਸੁੱਕਾ ਨਹੀਂ ਜਾਣਾ ਚਾਹੀਦਾ ਮੁੰਡਿਓ। ਠੀਕ ਹੈ ਜਨਾਬ। ਆਹ ਤਾਂ ਜ਼ਹਿਰ ਤੇ ਬੀਰੂ ਬਣੇ ਆਉਂਦੇ ਆ। ਆਹ ਸਾਲੇ ਕਿੱਧਰ ਪੁੱਠਾ ਚੱਕੀ ਆਉਂਦੇ ਆ। ਰੋਕੋ ਇਹਨਾਂ ਨੂੰ, ਰੋਕ ਰੋਕ ਰੋਕ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਤਾਂ ਠੀਕ ਆ, ਦੁਨੀਆ ਖਤਮ ਹੋਣ ਦੀ ਆਈ ਪਈ ਆ, ਤੁਸੀਂ ਕਿੱਥੇ ਰੌਂਡੀਆਂ ਲਾਉਂਦੇ ਫਿਰਦੇ ਹੋ? ਉਹ ਜਨਾਬ ਆ ਸਾਡਾ ਪਰੌਣਾ ਜੀ, ਇਹ ਤੁਰ ਫਿਰ ਨਹੀਂ ਸਕਦਾ, ਇਹਦੀਆਂ ਲੱਤਾਂ ਖੜ ਗਈਆਂ, ਬਸ ਉਹਦੇ ਦਵਾਈ ਲੈਣ ਚੱਲੇ ਸੀ। ਕਿਹੜਾ ਪਰੌਣਾ, ਉਹ ਤਾਂ ਘਰ ਪਹੁੰਚਣ ਵਾਲਾ ਹੋ ਗਿਆ। ਕਿੱਥੇ ਗਿਆ? ਓ ਜਨਾਬ, ਓ ਛੱਡੋ ਮੈਨੂੰ, ਓ ਮਾਰਤਾ, ਓ ਛੱਡੋ। ਆਪਣੇ ਮੁਲਕ 'ਚ ਬੇਵਕੂਫਾਂ ਦੀ ਕੋਈ ਕਮੀ ਨਹੀਂ। ਕੁੜੀਓ ਪਨੀਰ ਬਣਾ ਲਿਓ, ਪਰੌਣੇ ਨੂੰ ਮਟਰ ਪਨੀਰ ਦੀ ਸਬਜ਼ੀ ਬਣਾ ਦਿਆਂਗੇ। ਪਰੌਣਾ ਹੈ ਕਿੱਥੇ? ਆ ਜੀ ਬੇਬੇ ਜੀ, ਮੈਂ ਕਿਤੇ ਜਾਣਾ, ਆਪਾਂ ਬਾਹਰ ਅੰਦਰ ਨਹੀਂ ਜਾਂਦੇ, ਆਪਾਂ ਨੂੰ ਤਾਂ ਪਤਾ ਵੀ ਪੁਲਿਸ ਫਿਰਦੀ ਹੈ, ਆਪਾਂ ਕਿਉਂ ਜਾਵਾਂਗੇ? ਉਹ ਸਾਦੀ ਰੋਟੀ ਬਣਾਓ, ਆਇਸ਼ਨੇ ਵਿਛਨੇ ਜੇ ਕਰਕੇ ਤਾਂ ਦੇਸ਼ 'ਚ ਭੁੱਖਮਰੀ ਫੈਲਣੀ ਹੈ। ਮੈਂ ਵੀ ਇਹੀ ਕਹਿਣਾ ਬਾਪੂ ਜੀ, ਵੀ ਮੂੰਗੀ ਬਣਾਓ, ਨਾਲੇ ਹਲਕੀ ਹੁੰਦੀ ਹੈ, ਪੇਟ ਨਹੀਂ ਖਰਾਬ ਹੁੰਦਾ। ਬਾਪੂ ਜੀ ਕੱਦੂ ਪਿਆ, ਕੱਦੂ ਬਣਾ ਲੈਣੇ ਆ। ਆਏ ਓਇਆ, ਤੇਰਾ ਕਿਹਨੇ ਕੱਦੂਕਸ਼ ਕਰਤਾ, ਐਂ ਤੁਰੇ ਆਉਣਾ ਹੈ? ਮੈਨੂੰ ਲੱਗਦਾ ਇਹ ਵੀ ਮਸਾਜ ਸੇਵਾ ਕਰਵਾ ਕੇ ਆਇਆ। ਓ ਮੈਂ ਕਿਵੇਂ ਸਮਝਾਵਾਂ ਸਾਲਿਓ, ਬਾਹਰ ਕੀ ਅੰਬ ਲੈਣ ਜਾਂਦੇ ਹੋ? ਮੈਂ ਵੀ ਇਹੀ ਕਹਿਣਾ, ਪਰ ਮੈਂ ਇੱਕ ਗੱਲ ਕਰਦਾ, ਇਹਨੂੰ ਵੀ ਪਤਾ ਲੱਗ ਗਿਆ, ਸਿਆਣਾ ਬੰਦਾ ਉਹੀ ਹੈ ਜਿਹੜਾ ਪੈਂਦੀਆਂ 'ਚ ਫੁਰ ਹੋ ਜਾਂਦਾ। ਬਾਪੂ ਜੀਜਾ ਤਾਂ ਸਾਨੂੰ ਵੀ ਨਾਲ ਲਿਜਾਉਣਾ ਚਾਹੁੰਦਾ ਸੀ। ਚਲੋ ਹੁਣ ਇਹ ਵੀ ਤੁਹਾਡੇ ਵਾਂਗੂ ਟਿਕ ਕੇ ਬਹਿ ਜਾਊਗਾ। ਮੈਂ ਦੱਸਦੀ ਆ ਬਾਪੂ ਜੀ, ਇਹ ਸਾਰੀ ਜੀਭ ਕਾਰੇ ਕਰਾਉਂਦੀ ਆ। ਕਹਿੰਦਾ ਤੀ ਮੁਰਗਾ ਖਾਣਾ, ਮੈਂ ਤਾਂ ਕਹਿੰਨੀ ਇਹਦਾ ਵੀ ਨਾਲ ਹੀ ਮੁਰਗਾ ਬਣਾ ਦੇਣਾ ਸੀ। ਬਾਈ ਇੱਕ ਗੱਲ ਪੱਕੀ ਆ, ਪਰੌਣੇ ਦੀ ਅੱਜ ਭਾਜ ਦਾ ਪਤਾ ਲੱਗ ਗਿਆ, ਪਤੰਦਰ ਮਿੰਟਾਂ 'ਚ ਹਨੇਰੀ ਬਣ ਗਿਆ। ਆਪਾਂ ਤਾਂ ਹਨੇਰੀ ਬਣਦੇ ਹੁੰਦੇ ਆ, ਫੁੱਲ ਹਨੇਰੀ ਬਣਦੇ ਹੁੰਦੇ ਆ। ਉਹ ਮੇਰੀ ਗੱਲ ਸੁਣ ਲਓ ਸਾਰੇ, ਅੱਜ ਤੋਂ ਬਾਅਦ ਘਰ ਨੂੰ ਬਾਹਰੋਂ ਜਿੰਦਾ ਲਾ ਦਿਓ, ਅੱਜ ਤੋਂ ਬਾਅਦ ਨਾ ਤਾਂ ਕੋਈ ਘਰੋਂ ਬਾਹਰ ਜਾਊਗਾ ਤੇ ਨਾ ਬਾਹਰੋਂ ਘਰ ਆਊਗਾ। ਸਾਰਿਆਂ ਨੇ ਖੇਡ ਬਣਾ ਰੱਖੀ ਹੈ, ਕੱਲੇ ਕੱਲੇ ਦੇ ਬੁੜੇ ਕੁੱਟੂ, ਚਾਹੇ ਵਿੱਚੇ ਪਰਾਉਣਾ ਹੋਵੇ, ਮੇਰੇ ਪੱਠੇ ਮੈਂ ਆਪੇ ਵੱਢ ਕੇ ਲਿਆ ਕਰੂੰ। ਸਤਿਨਾਮ 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 ਜੀ, ਵਾਹਿਗੁਰੂ 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 ਜੀ, ਜਪੋ। ਲਿਆ ਬੈਠੇ ਨੇ।
ਓਏ ਉਹ ਤੁਸੀਂ ਇੱਥੇ ਕਿਉਂ ਬੈਠੇ ਹੋ, ਕੀ ਗੱਲ ਹੋ ਗਈ? ਬਾਈ ਮੇਰਾ ਤਾਂ ਘਰੇ ਜਾਣ ਨੂੰ ਜਮਾਂ ਦਿਲ ਨਹੀਂ ਕਰਦਾ। ਪ੍ਰਾਹੁਣਾ ਐ ਰੋ ਮਾਰਦਾ ਜਿਵੇਂ ਡੀਸੀ ਲੱਗਿਆ ਹੋਵੇ। ਉਹ ਚੱਲ ਫੇਰ ਕੀ ਹੋ ਗਿਆ, ਪ੍ਰਾਹੁਣਾ ਆ ਪਰ ਤੁਸੀਂ ਇੱਥੇ ਕਿਉਂ ਬੈਠੇ ਹੋ? ਜ਼ਰੂਰੀ ਪੁਲਿਸ ਤੋਂ ਛਿੱਤਰ ਖਾਣੇ ਨੇ। ਇਹਦੇ ਨਾਲੋਂ ਚੰਗਾ ਤਾਂ ਅਸੀਂ ਪੁਲਿਸ ਤੋਂ ਹੀ ਛਿੱਤਰ ਖਾ ਲਾਂਗੇ। ਦਿਨੇ ਤਾਂ ਆਸ਼ਾ ਵਾਂਗੂ ਪ੍ਰਵਚਨ ਕਰਦਾ, ਰਾਤ ਨੂੰ ਭੈਣ ਦਾ ਯਾਰ ਟੀਪੂ ਸੁਲਤਾਨ ਬਣ ਜਾਂਦਾ। ਪ੍ਰਾਹੁਣੇ ਦੀ ਗੁਲਾਮੀ ਕਰਦੇ ਕਰਦੇ ਮੈਂ ਤਾਂ ਆਪ ਕਮਜ਼ੋਰ ਹੋ ਗਿਆ। ਉਹ ਚੱਲ ਫੇਰ ਕੀ ਹੋ ਗਿਆ, ਆ ਇੱਕ ਦੋ ਦਿਨਾਂ 'ਚ ਲੌਕਡਾਊਨ ਖੁੱਲ੍ਹ ਜਾਊਗਾ, ਚੱਲਿਆ ਜਾਊਗਾ। ਭੈਣ ਦੇ ਦਿਨ ਨੇ ਰਾਤ ਤਾਂ ਮੇਰੇ ਕੱਪੜਿਆਂ 'ਤੇ ਉਲਟੀ ਕਰਤੀ, ਹਜੇ ਤੱਕ ਮੁਸ਼ਕ ਮਾਰੀ ਜਾਂਦਾ। ਪਰ ਇਹ ਗੱਲ ਤਾਂ ਪੱਕੀ ਆ, ਦਾਰੂ ਤਾਂ ਯਾਰ ਬੇਸਬਰਿਆ ਵਾਂਗ ਪੀਂਦਾ ਜਿਵੇਂ ਕਦੇ ਦੇਖੀ ਨਹੀਂ ਹੁੰਦੀ। ਪਰ ਕੋਈ ਨਾ, ਬਰਦਾਸ਼ਤ ਕਰੋ। ਹਾਂ ਕਰਨਾ ਪੈਣਾ ਕਿਉਂਕਿ ਪ੍ਰਾਹੁਣਾ ਹੈ। ਸਹੀ ਗੱਲ ਆ। ਆ ਮੈਂ ਜਮਾਈ ਆ ਇਸ ਘਰ ਦਾ, ਤੁਸੀਂ ਮੇਰੀ ਸ਼ਰਾਫਤ ਦਾ ਨਜਾਇਜ਼ ਫਾਇਦਾ ਉਠਾ ਰਹੇ ਹੋ। ਆ ਦੇਖੋ ਆ ਗਵਾਰੇ ਦੀਆਂ ਫਣੀਆਂ, ਹੈਂ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਕਾਕਾ ਕੀ ਗੱਲ ਹੋ ਗਈ? ਉਹ ਮੈਂ 25 ਕਿੱਲੇ ਝੋਟੇ ਦੇ ਸਿਰ ਵਰਗਿਆਂ ਦਾ ਮਾਲਕ, 25 ਕਿੱਲੇ। ਉਹ 25 ਕਿੱਲੇ ਨੇ ਮੇਰੇ ਕੋਲ ਝੋਟੇ ਦੇ ਸਿਰ ਵਰਗੇ, ਉਹ ਤੁਸੀਂ ਮੈਨੂੰ ਸਮਝ ਕੀ ਰੱਖਿਆ? ਉਹ ਮੈਂ ਮਲੰਗ ਬੰਦਾ, ਉਹ ਮੈਂ ਕੀ ਗਲਤੀ ਕਰ ਲਈ ਜਿਹੜਾ ਇੱਥੇ ਲੌਕਡਾਊਨ 'ਚ ਫਸ ਗਿਆ? ਹਾਏ ਰੱਬਾ, ਚੌਲ ਅੱਜ ਫੇਰ ਚੌਲ ਖਵਾਓਗੇ? ਉਹ ਮੈਂ ਭਈਆ, ਜੇ ਤੁਸੀਂ ਮੇਰੀ ਇੱਜ਼ਤ ਨਹੀਂ ਕਰਦੇ ਮੈਨੂੰ ਰੋਣੀ ਵੀ ਆਉਂਦੀ ਹੈ। ਉਹ ਕੀ ਗੱਲ ਹੋ ਗਈ ਪ੍ਰਾਹੁਣੇ ਨੂੰ? ਮੀਟ ਨਹੀਂ ਬਣਾਇਆ ਤਾਂ ਕਰਕੇ ਗੁੱਸੇ ਆ। ਕੋਈ ਨਹੀਂ ਪੁੱਤ, ਹੱਥ ਨੇ ਬਣਾ ਦੂੰਗੀ। ਹੱਥ ਨੇ ਬਣਾ ਦਾਂਗੇ, ਤੁਹਾਡੀ ਕਦੇ ਹੱਥ ਨਹੀਂ ਆਈ। ਜੇ ਮੈਂ ਨਰਮ ਹਾਂ, ਮੈਂ ਸ਼ਰੀਫ ਹਾਂ, ਇਹਦਾ ਮਤਲਬ ਇਹ ਤਾਂ ਨਹੀਂ ਤੁਸੀਂ ਪ੍ਰਾਹੁਣੇ ਦੀ ਸੇਵਾ ਭਾਵਨਾ ਦੀ ਪਰੰਪਰੀ ਨਾ ਕਰੋ। ਉਹ ਪੁੱਤੇ ਕਿਤੇ ਹੋ ਸਕਦਾ ਵੀ ਪ੍ਰਾਹੁਣੇ ਦੀ ਸੇਵਾ ਨਾ ਕਰੀਏ? ਜੀ ਗੁੱਸਾ ਨਾ ਕਰ, ਚੱਲ ਅੰਦਰ ਚੱਲ, ਰੋਟੀ ਖਾ ਲਾ। ਰੋਟੀ ਖਾ ਲੈ, ਹਰੀਆਂ ਸਬਜ਼ੀਆਂ, ਤੜਕੇ ਕੱਦੂ, ਆਥਣੇ ਕੱਦੂ, ਦੁਪਹਿਰੇ ਕੱਦੂ, ਨਾ ਮੈਂ ਡੰਗਰ ਆ। ਉਹ ਮੇਰੀ ਗੱਲ ਸੁਣ, ਧਿਆਨ ਨਾਲ ਸੁਣ ਲੈ ਮੇਰੀ ਗੱਲ। ਉਹ ਸੁੱਡਲ ਜਨਾਨੀ ਹੈ, ਤੀਵੀਂ ਦੇ ਹੱਥ ਹੁੰਦਾ ਆਪਣੇ ਪਤੀ ਦੇਵ ਦੀ ਸੇਵਾ ਕਰਾਉਣੀ। ਜਸਵਿੰਦਰ ਕੁਰੇ, ਚੱਕ ਮੁੰਡਾ, ਚੱਲ ਚੱਲੀਏ। ਲੈ ਬਾਈ, ਐ ਕਿਵੇਂ ਬਗਜੋਗੇ ਤੁਸੀਂ? ਜਿਹੜਾ ਕੁਛ ਕਹੋਗੇ ਤੁਹਾਨੂੰ ਮੈਂ ਬਣਾ ਕੇ ਦਿੰਨੀ ਆ। ਆ ਸਿੱਖ ਲੋ ਕੁਛ, ਇਹਨੂੰ ਕਹਿੰਦੇ ਨੇ ਖਾਨਦਾਨ ਦੀਆਂ ਧੀਆਂ ਭੈਣਾਂ। ਇਹ ਤਾਂ ਤੁਹਾਡੇ ਆ ਕੇ ਆਪ ਫਸ ਗਈ। ਦੇਖ ਭਾਈ, ਤੇਰੇ ਕਰਕੇ ਨਹੀਂ ਜਾਂਦਾ ਭਾਈ, ਨਹੀਂ ਤਾਂ ਇੱਥੇ ਰਹਿਣ ਨੂੰ ਪੂਰਾ ਮਨ ਨਹੀਂ ਕਰਦਾ ਹੈਗਾ। ਉਹ ਬਲਜੀਤ, ਪ੍ਰਾਹੁਣੇ ਦੀ ਸੇਵਾ ਕਰਿਆ ਕਰੋ ਜਿਵੇਂ ਕਹਿੰਦਾ ਹੈ। ਉਹ ਠੀਕ ਆ ਬਾਪੂ, ਕਰ ਦਿੰਦੇ ਆ। ਹਾਂ ਵਿਹਲੇ ਨੇ, ਸਾਰੀ ਦਿਹਾੜੀ ਮੋਬਾਈਲ ਤੇ ਠੁੰਗਾ ਮਾਰਦੇ ਰਹਿੰਦੇ। ਉਹ ਸੋਨੂੰ ਰੱਬ ਨੇ ਵਕਤ ਦਿੱਤਾ ਲੌਕਡਾਊਨ 'ਚ ਪ੍ਰਾਹੁਣੇ ਦੀ ਸੇਵਾ ਕਰਨ ਦਾ। ਉਹ ਤੁਹਾਡੇ ਕੋਲ ਟਾਈਮ ਹੈ, ਤੁਹਾਡੇ ਕੋਲ ਵਿਹਲ ਹੈ, ਤੁਸੀਂ ਪ੍ਰਾਹੁਣੇ ਦੀ ਸੇਵਾ ਨਹੀਂ ਕਰ ਸਕਦੇ? ਵਿਹਲੇ ਜਾ ਰੱਖ ਰਹੇ ਕਹਿੰਗਾ, ਨਹੀਂ ਤਾਂ ਬੋਤਲੇ ਗਿਆ। ਤੂੰ ਐਂ ਕਰ ਓਏ ਸੁਕੜੂਆ, ਦੋ ਕੱਟੇ ਵੱਢ ਲਓ, ਕੱਟੇ ਖਾ ਜੂਗਾ ਮੈਂ। ਬਾਪੂ ਤੈਨੂੰ ਪਤਾ ਬਈ ਜੱਟ ਵਰਗਾ ਬੰਦਾ? ਉਹ ਪਤਾ ਪੂਰੀ ਦੁਨੀਆ 'ਚ ਨਹੀਂ। ਜਦ ਪਤਾ ਹੈ ਫਿਰ ਸੇਵਾ ਕਿਉਂ ਨਹੀਂ ਕਰਦੇ? ਚੀਚੜ ਲੋਕ, ਸੂਮ ਲੋਕ, ਰੁੱਖੇ ਲੋਕ। ਚੱਲ ਨੀ ਜਸਵਿੰਦਰ ਕੁਰੇ, ਰੋਟੀ ਪਾਣ ਵਾਲੇ ਖੀਰ ਕੜਾ ਬਣਾ, ਦੇਖ ਲੈ ਰੁੱਸਣ ਤੋਂ ਬਚ ਗਿਆ ਮੈਂ। ਕਾਸੇ ਜੋਗੇ ਨੀ ਛੱਡੇ ਹੈਗੇ, ਉਹਨੂੰ ਠਾ ਦੇ ਪ੍ਰਾਹੁਣੇ ਨੂੰ। ਰਾਤ ਨੂੰ ਡੱਕੇ ਪੇ ਮੰਜਿਆਂ ਚ ਵੱਜਦੇ ਰਹਿੰਦੇ ਆ। ਨਾ ਤਾਂ ਸ਼ੋਪ ਕਤਾਉਣਾ ਗਾ, ਪੈ ਜਾਣਦੇ ਪ੍ਰਾਹੁਣੇ ਨੂੰ, ਥੱਕਿਆ ਉਹ ਵਿਚਾਰਾ।
ਮੇਰੇ ਸਾਰਿਆਂ ਨੇ ਮਾੜਿਆਂ ਨੇ ਨਾ ਮਾੜੀ ਦਾਰੂ ਪਿਲਾ ਕੇ ਸਰੀਰ ਦਾ ਨਾਸ਼ ਕਰਤਾ। ਇੰਨੀ ਮਾੜੀ ਦਾਰੂ ਕਾਲਜਾ ਮੱਚੀ ਜਾਂਦਾ। ਜਾਂ ਐਂ ਕਰ, ਲੱਸੀ 'ਚ ਬਰਫ ਸਿੱਟ ਕੇ ਲਿਆ ਦੇ। ਬੁਖਾਰ ਵੀ ਹੈ ਮੈਨੂੰ ਲੱਗਦਾ। ਲੈ ਵੀ, ਇਸ ਤੋਂ ਵਧੀਆ ਤਰੀਕਾ ਪਰੌਣੇ ਨੂੰ ਘਰੋਂ ਕੱਢਣ ਦਾ ਹੋਰ ਕੋਈ ਨਹੀਂ ਹੋ ਸਕਦਾ। ਬਣ ਗਈ ਗੱਲ। ਹੈਲੋ, ਅਸੀਂ ਜੀ ਲਿੱਦੜਾਂ ਤੋਂ ਬੋਲਦੇ ਹਾਂ। ਸਾਡੇ ਪਰੌਣੇ ਨੂੰ ਕਰੋਨਾ ਹੋ ਗਿਆ। ਹਾਂਜੀ ਹਾਂਜੀ, ਆ ਜਾਓ, ਛੇਤੀ ਆ ਜਾਓ। ਬਸ ਬੀਬੀ, ਚੁੱਪ ਕਰ ਜੋ, ਮਾਲਕ ਭਲੀ ਕਰੂਗਾ। ਬੇਬੇ, ਤੁਸੀਂ ਰੋਵੋ ਨਾ, ਹੁਣ ਆਪਣੇ ਸਾਰੇ ਟੱਬਰ ਦਾ ਟੈਸਟ ਹੋਊਗਾ। ਉਹ ਭਾਈ ਪਰਿਵਾਰ ਵਾਲਿਓ, ਨਜ਼ਾਰਾ ਸਿੰਘ ਦੀ ਰਿਪੋਰਟ। ਨੈਗੇਟਿਵ ਆਈ ਆ। ਪਰ ਇੱਕ ਗੱਲ ਹੋਰ, ਨਜ਼ਾਰਾ ਸਿੰਘ 'ਚ ਖੂਨ ਦੀ ਬਹੁਤ ਕਮੀ ਆ। ਉਹਨੂੰ ਸੂਪ ਦੀ ਲੋੜ ਆ। ਬੱਕਰੇ ਦਾ ਮੀਟ ਖਵਾਓ, ਜੂਸ ਪਿਆਓ। ਮੈਂ ਤਾਂ ਮੇਰੇ ਜਵਾਈ ਨੂੰ ਘਿਓ ਦੇ ਪੀਪੇ ਖਵਾ ਦੂੰਗੀ। ਆਹੋ, ਇਹੀ ਕਸਰ ਰਹਿੰਦੀ ਸੀ
ਇਹ ਵੀ ਕਰਦੀ ਪੂਰੀ। ਹੋਰ ਸੁਣੋ, ਤੁਹਾਡੇ ਪਰਿਵਾਰ ਚੋਂ ਕਿਸੇ ਦਾ ਕੋਈ ਟੈਸਟ ਨਹੀਂ ਹੋਵੇਗਾ, ਪਰ ਇੱਕ ਗੱਲ ਹੋਰ ਸੁਣ ਲਓ, ਤੁਸੀਂ ਵਾਰ ਵਾਰ ਸਾਰੇ ਜਾਣੇ ਆਪਣੇ ਹੱਥ ਧੋਵੋ ਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ, ਡਰਨ ਦੀ ਕੋਈ ਲੋੜ ਨਹੀਂ। ਤੇ ਹਾਂ, ਹੋਰ ਸੁਣੋ, ਤੇ ਮੂੰਹ ਤੇ ਮਾਸਕ ਵੀ ਪਾ ਕੇ ਰੱਖਣੇ ਆਗੇ। ਓਕੇ ਜੀ, ਸਟੇ ਹੋਮ ਸਟੇ ਸੇਫ। ਮੈਂ ਤਾਂ ਬਸ ਕਹਿਤਾ, ਜੱਟ ਵਰਗਾ ਬੰਦਾ ਪੂਰੀ ਦੁਨੀਆ ਤੇ ਨਹੀਂ। ਲੌਕਡਾਊਨ 21 ਦਿਨਾਂ ਲਈ ਹੋਰ ਵਧਾਤਾ। ਚੱਲ ਚੰਗਾ ਹੋ ਗਿਆ, ਮੈਂ ਤਾਂ ਪਰੌਣੇ ਦੀ ਕਮਜ਼ੋਰੀ ਦੂਰ ਕਰਕੇ ਤੋਰੂ ਹੁਣ।